ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਕੱਲ ਵੀ ਅਸੀਂ ਗੱਲ ਕੀਤੀ ਸੀਗੀ ਕਿ ਸਾਡੇ ਸੈਨ ਹੋਜ਼ੇ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ 9 ਬੰਦੇ ਇਸ ਦੁਨੀਆ ਤੋਂ ਚਲੇ ਗਏ ਇੱਕ ਸ਼ੂਟਿੰਗ ਦੇ ਦੌਰਾਨ ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉਹਦੇ ਵਿੱਚ ਆਪਣਾ ਇੱਕ ਪੰਜਾਬੀ ਦਸਤਾਰਧਾਰੀ ਨੌਜਵਾਨ ਵੀ ਸੀਗਾ ਜਿਹੜਾ ਤਪਤੇਜ ਦੀਪ ਸਿੰਘ ਗਿੱਲ ਜਿਹੜਾ ਕਿ ਦੋ ਬੱਚਿਆਂ ਦਾ ਬਾਪ ਹੀ ਸੀ ਕੱਲ੍ਹ ਅਸੀਂ ਉਹਦੀ ਫੋਟੋ ਨਹੀਂ ਦਿਖਾ ਸਕੇ ਡਿਊ ਟੂ ਸਮ ਰੀਜ਼ਨਸ ਅੱਜ ਅਸੀਂ ਸਾਰੇ 9 ਬੰਦਿਆਂ ਦੀ ਜਿਹੜੀ ਆ ਤੁਹਾਨੂੰ ਫੋਟੋ ਦਿਖਾ ਰਹੇ ਹਾਂ ਅਤੇ ਅਰਦਾਸ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਵਾਸਾ ਦੇਵੇ ਅਤੇ ਉਸ ਤੋਂ ਬਾਅਦ ਦਰਸ਼ਕੋ ਅਰਦਾਸ ਕਰਦੇ ਹਾਂ ਕਿ ਇੱਦਾਂ ਦਾ ਭਾਣਾ ਕਿਤੇ ਵੀ ਨਾ ਵਾਪਰੇ ਅਗੇਨ ਸਾਡੀ ਨਮ ਨਮ ਅੱਖਾਂ ਨਾਲ ਸ਼ਰਧਾਂਜਲੀ ਸਾਰਿਆਂ ਨੂੰ ਦਰਸ਼ਕੋ ਅੱਗੇ ਵੱਧਦੇ ਹਾਂ ਆਪਾਂ ਬਹੁਤ ਕੁਝ ਵੱਡਾ ਵਾਪਰ ਗਿਆ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਜਦੋਂ ਤੋਂ ਮੈਂ ਪ੍ਰੋਗਰਾਮ ਕਰਕੇ ਗਿਆ ਜਾਂ ਦੇਸ਼ ਦੁਨੀਆ ਦੇ ਅੱਡ ਅੱਡ ਹਿੱਸਿਆਂ ਦੇ ਵਿੱਚ ਤਾਊ ਅਤੇ ਤੂਫਾਨ ਤੋਂ ਬਾਅਦ ਜਿਹੜਾ ਦੂਸਰਾ ਤੂਫਾਨ ਹੈ ਉਹ ਕਈ ਹਿੱਸਿਆਂ ਦੇ ਵਿੱਚ ਸਾਡੇ ਭਾਰਤ ਦੇਸ਼ ਮਹਾਨ ਦੇ ਕਈ ਹਿੱਸਿਆਂ ਦੇ ਵਿੱਚ ਆਪਦੀ ਰੰਗ ਦਿਖਾ ਰਿਹਾ ਹੈ ਅਤੇ ਦਰਸ਼ਕੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਮਿੰਨੀ ਲੋਕਡਾਊਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਧਾ ਦਿੱਤਾ ਗਿਆ 10 ਜੂਨ ਤੱਕ ਇਹਦੇ ਕੀ ਫਾਇਦੇ ਹੋਣਗੇ ਕੀ ਨੁਕਸਾਨ ਹੋਣਗੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਦੌਰ ਹੈ ਕੋਈ ਅੰਡਰਸਟੈਂਡਿੰਗ ਮਿਸਅੰਡਰਸਟੈਂਡਿੰਗ ਦਾ ਦੌਰ ਹੈ ਔਰ ਲਗਾਤਾਰ ਜਾਰੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਕਿਸਾਨ ਅੰਦੋਲਨ ਦੀ 7 ਮਹੀਨਿਆਂ ਦੀ 6 ਮਹੀਨੇ ਪੂਰੇ ਕਰਕੇ 7ਵੇਂ ਮਹੀਨੇ ਦੇ ਵਿੱਚ ਐਂਟਰ ਹੋਣਾ ਇਹਨਾਂ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਨੂੰ ਸਾਡੇ ਨਾਲ ਬਣ ਗਏ ਨੇ ਸਾਡੇ ਨਾਲ ਬਣ ਗਏ ਨੇ ਮੁਅੱਜ਼ਜ਼ ਮਹਿਮਾਨ ਪਰ ਮੈਂ ਉਹਨਾਂ ਤੋਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਜ਼ਰੂਰੀ ਹੋਰ ਕਈ ਗੱਲਾਂ ਦੱਸਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਜਿਹੜੀ ਕੋਵੈਕਸੀਨ ਜਿਨ੍ਹਾਂ ਨੇ ਲਵਾਈ ਸੀਗੀ ਆਪਣੇ ਭੈਣ ਭਰਾ ਮਾਤਾ ਬਜ਼ੁਰਗ ਜਿਹੜੇ ਵੀ ਉੱਥੇ ਇੰਡੀਆ 'ਚ ਹੋਣਗੇ ਕੋਵੈਕਸੀਨ ਨੇ WHO ਤੋਂ WHO ਨੇ ਉਹਨਾਂ ਨੂੰ ਲਿਸਟ 'ਚੋਂ ਕੱਢ ਦਿੱਤਾ ਹੈ ਕਿਉਂਕਿ ਉਹਦਾ ਅਸਰ ਜਾਂ ਬੇਅਸਰ ਜੋ ਵੀ ਆ ਉਹਦੀ ਡਿਟੇਲ ਹਲੇ ਹੋਣੀ ਬਾਕੀ ਹੈ ਦਰਸ਼ਕੋ ਉਸ ਤੋਂ ਬਾਅਦ ਮੈਂ ਗੱਲ ਕਰਦਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਵੈਕਸੀਨ ਲਵਾਈ ਸੀ ਸੇ ਤੋਂ ਉਹ ਜਦੋਂ WHO ਨੇ ਉਹ ਕੋਵੈਕਸੀਨ ਜਿਹੜੀ ਹੈ ਆਊਟ ਆਫ ਲਿਸਟ ਕਰ ਦਿੱਤੀ ਹੈ ਉਸ ਤੋਂ ਬਾਅਦ ਕਈ ਕੁਐਸਚਨ ਖੜ੍ਹੇ ਹੋ ਜਾਂਦੇ ਕਿ ਕਈ ਦੇਸ਼ਾਂ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਜਾਂ ਤੁਹਾਨੂੰ ਦੂਸਰੀ ਕੋਈ ਹੋਰ ਮੈਡੀਸਨ ਲਵਾਉਣੀ ਪਊਗੀ ਇਹਨਾਂ ਸਾਰੀਆਂ ਖਬਰਾਂ 'ਤੇ ਆਪਾਂ ਝਾਤ ਮਾਰਾਂਗੇ ਪੰਜਾਬ ਦੀਆਂ ਖਾਸ ਕਰਕੇ ਇਸ ਪੂਰੀ ਅਪਡੇਟ ਵਾਸਤੇ ਸਾਡੇ ਕੁਐਸਚਨ ਆਂਸਰਾਂ ਵਾਸਤੇ ਸਾਡੇ ਨਾਲ ਮੁਅੱਜ਼ਜ਼ ਮਹਿਮਾਨ ਇੰਡੀਆ ਤੋਂ ਜੁੜ ਗਏ ਨੇ ਉਹ ਕਿਸੇ ਤਾਰੁਫ ਦੇ ਮੁਹਤਾਜ ਤਾਂ ਨਹੀਂ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦੇਵਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੋਲੀਟੀਕਲ ਐਡਵਾਈਜ਼ਰ ਕੈਪਟਨ ਸੰਦੀਪ ਸਿੰਘ ਸੰਧੂ ਸਾਡੇ ਨਾਲ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਉਸ ਤੋਂ ਬਾਅਦ ਆਪਾਂ ਅੱਗੇ ਦੇ ਕੁਐਸਚਨ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਬਹੁਤ ਬਹੁਤ ਸਵਾਗਤ ਜੀ ਸੰਧੂ ਸਾਹਿਬ ਤੁਹਾਡਾ ਸਾਡੇ ਜਸ ਪੰਜਾਬੀ ਅਤੇ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਬਹੁਤ ਬਹੁਤ ਮਿਹਰਬਾਨੀ ਨਾਲ ਸਾਹਿਬ ਔਰ ਤੁਹਾਡੇ ਸਰੋਤਿਆਂ ਨੂੰ ਜਿਹੜੇ ਜਸ ਪੰਜਾਬੀ ਇਸ ਟਾਈਮ ਦੇਖਦੇ ਆ ਮੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਬਹੁਤ ਕੁਐਸਚਨ ਨੇ ਬਹੁਤ ਬੜੇ ਜਿਹੜੇ ਨਵੇਂ ਮੁੱਦੇ ਆਪਾਂ ਬਾਅਦ 'ਚ ਵਿਚਾਰ ਲਾਂਗੇ ਪਰ ਸਾਰਿਆਂ ਤੋਂ ਵੱਡਾ ਜਿਹੜਾ NRI ਦੇ ਵਿੱਚ ਸਾਰਿਆਂ ਤੋਂ ਵੱਡਾ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਨਾਨਕ ਨਾਮ ਲੇਵਾ ਸੰਗਤ ਹੈ ਜਿਹੜੀ ਇਕੱਲੇ ਮੈਂ ਸਿੱਖ ਸਮਾਜ ਦੀ ਗੱਲ ਨਹੀਂ ਕਰ ਰਿਹਾ ਨਾਨਕ ਨਾਮ ਲੇਵਾ ਸੰਗਤ ਹੈ ਉਹਦੇ ਵਿੱਚ ਰੋਸ਼ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ 2015 ਦੇ ਵਿੱਚ ਉਸ ਤੋਂ ਬਾਅਦ ਸਿਟਸ ਬਣਦੀਆਂ ਨੇ ਕੈਂਸਲ ਹੋ ਜਾਂਦੀਆਂ ਮਾਣਯੋਗ ਅਦਾਲਤ ਨੇ ਜੋ ਫੈਸਲਾ ਦਿੱਤਾ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ ਉਹਦੇ ਉੱਤੇ ਹੁਣ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਸਰਕਾਰ ਕਰ ਰਹੀ ਹੈ ਕਿ ਨਵੀਂ ਸਿੱਟ ਬਣਾਈ ਹੈ ਕੋਈ 5-6 ਜਣੇ ਅਰੈਸਟ ਵੀ ਹੋਏ ਆ ਲੋਕਾਂ ਦਾ ਕੁਐਸਚਨ ਇਹ ਹੈ ਕਿ ਉਹ ਹੱਡ ਕੇਸ ਹੈ ਇੱਕ ਬਹਿਬਲ ਕਲਾਂ 'ਤੇ ਕੋਟਕਪੁਰਾ ਗੋਲੀਕਾਂਡ ਦਾ ਕੇਸ ਹੁੰਦਾ ਜਿਸ 'ਚ 2 ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਂਦੀ ਹੈ ਸੰਧੂ ਸਾਹਿਬ ਕੀ ਉਹਦੇ ਵਿੱਚ ਵੀ ਕੋਈ ਪ੍ਰੋਗਰੈਸ ਨਵੀਂ ਆ ਰਹੀ ਹੈ ਕਿ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਹੈ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਸਿੱਟ ਹੈਗੀ ਹੈ ਜਾਂ ਇਹਦੀ ਜਿਹੜੀ ਪੂਰੀ ਜੇ ਆਪਾਂ ਕਹਾਣੀ ਦੀ ਸ਼ੁਰੂਆਤ ਕਰੀਏ ਜੀ ਤਾਂ ਜਦੋਂ ਸਰਕਾਰ ਜਿਹੜੀ ਪੁਰਾਣੀ ਸਰਕਾਰ ਸੀ ਭਾਜਪਾ ਅਤੇ ਅਕਾਲੀ ਦਲ ਦੀ ਇਹ ਜਿਹੜਾ 2015 ਦਾ ਸਮਾਂ ਹੈਗਾ ਜਿਸ ਦੌਰਾਨ ਇਹ ਸਭ ਕੁਛ ਹੋਇਆ ਉਸ ਟਾਈਮ ਦੀ ਸਰਕਾਰ ਉਹ ਸੀਗੀ ਔਰ ਜਦੋਂ ਅਸੀਂ ਹਜੇ ਸਰਕਾਰ 'ਚ ਨਹੀਂ ਆਏ ਸੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਬਹਿਬਲ ਕਲਾਂ ਅਤੇ ਬਰਗਾੜੀ ਜਾ ਕੇ ਇਹ ਗੱਲ ਉੱਥੇ ਸੰਗਤ ਵਿੱਚ ਆਖੀ ਸੀ ਕਿ ਜਦੋਂ ਕਾਂਗਰਸ ਪਾਰਟੀ ਦੀ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਇਸ ਮੁੱਦੇ ਨੂੰ
ਅਖੀਰ ਤੱਕ ਲੈ ਕੇ ਜਾਣਗੇ। ਜੀ ਸਰਕਾਰ ਬਦਲੀ ਸਾਹਿਬ, ਸਰਕਾਰ ਬਦਲਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੀ ਇੱਕ ਕਮਿਸ਼ਨ ਬਿਠਾਇਆ। ਇਸ ਕਮਿਸ਼ਨ ਨੇ ਤਕਰੀਬਨ ਸਾਲ ਦੇ ਆਸ ਪਾਸ ਦਾ ਸਮਾਂ ਲਿੱਤਾ, 17 ਤੋਂ ਲੈ ਕੇ ਆਲਮੋਸਟ 18 ਤੱਕ, ਮਈ ਜੂਨ ਤੱਕ ਸਵਾ ਸਾਲ ਦੇ ਟਾਈਮ ਲੈ ਕੇ ਉਹਨਾਂ ਨੇ ਤਸੱਲੀ ਨਾਲ ਕਮਿਸ਼ਨ ਨੇ ਇਨਕੁਆਇਰੀ ਕੀਤੀ। ਉਹਨਾਂ ਨੇ ਜਿਹੜੀਆਂ ਆਪਦੀਆਂ ਫਾਈਂਡਿੰਗ ਸੀਗੀਆਂ ਉਹ ਸਰਕਾਰ ਨੂੰ ਪੇਸ਼ ਕੀਤੀਆਂ। ਸਰਕਾਰ ਨੇ ਜਿਹੜੀਆਂ ਕਮਿਸ਼ਨ ਦੀਆਂ ਫਾਈਂਡਿੰਗ ਸੀਗੀਆਂ ਉਹ ਵਿਧਾਨ ਸਭਾ 'ਚ ਲੈ ਕੇ ਆਉਂਦੀਆਂ। ਵਿਧਾਨ ਸਭਾ ਦੇ ਵਿੱਚ ਆਲ ਪਾਰਟੀਜ਼ ਵੱਲੋਂ, ਥੋੜ੍ਹਾ ਬਹੁਤ ਅਕਾਲੀ ਦਲ ਨੇ ਜ਼ਰੂਰ ਬਾਈਕਾਟ ਕੀਤਾ, ਬਟ ਆਮ ਤੌਰ 'ਤੇ ਸਾਰੇ ਬਾਕੀ ਪਾਰਟੀਆਂ ਨੇ ਪਾਰਟੀਆਂ ਨੀਤੀਆਂ ਦੇ ਉੱਤੇ ਉੱਠ ਕੇ ਉਸ ਜਿਹੜੀ ਕਮਿਸ਼ਨ ਦੀ ਜਾਂਚ ਸੀ ਉਸਨੂੰ ਉਸ 'ਤੇ ਉਹਨਾਂ ਨੇ ਮੋਹਰ ਲਾਈ। ਔਰ ਇਹ ਜਿਹੜਾ ਕਮਿਸ਼ਨ ਦੀਆਂ ਜਿਹੜੀਆਂ ਫਾਈਂਡਿੰਗਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸੁਜੈਸ਼ਨ ਸੀ ਉਹਨਾਂ ਦੀ ਸ਼ੁਰੂਆਤ ਕੀਤੀ ਜੀ। ਔਰ ਉਹਦੇ ਵਿੱਚ ਸਿੱਟ ਬਣੀ ਜੀ। ਦੇਖੋ ਬਹਿਬਲ ਕਲਾਂ 'ਤੇ ਫਾਇਰਿੰਗ ਹੋਈ ਔਰ ਕੋਟਕਪੂਰਾ ਫਾਇਰਿੰਗ ਹੋਈ ਔਰ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ। ਇਹ ਤਿੰਨ ਜਿਹੜੇ ਹੈਗੇ ਆ ਇਹ ਲਾਰਜ ਇਸ਼ੂਜ਼ ਹੈਗੇ ਆ। ਜਿਸ ਤਰ੍ਹਾਂ ਹੀ ਸਿੱਟ ਨੇ ਆਪਦਾ ਕੰਮ ਕਰਨਾ ਸ਼ੁਰੂ ਕੀਤਾ ਅਲੱਗ ਅਲੱਗ ਸਿੱਟਸ ਨੇ, ਤਾਂ ਜਿਹੜੀ ਜਿਹੜੀਆਂ ਪਾਰਟੀਆਂ ਉਹਦੇ ਵਿੱਚ ਇਫੈਕਟ ਹੋ ਰਹੀਆਂ ਸੀ, ਮੈਂ ਕਿਸੇ ਦਾ ਨਾਂ ਇਸ ਕਰਕੇ ਨਹੀਂ ਲੈ ਸਕਦਾ ਕਿਉਂਕਿ ਕੋਰਟ ਦੇ ਵਿੱਚ ਇਹ ਕੇਸ ਮੌਜੂਦ ਹੈ ਜੀ। ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦੇ ਵਿੱਚ ਇੰਡੀਵਿਜੁਅਲ ਕੌਣ ਇਨਵੋਲਵ ਸੀ, ਪਾਰਟੀ ਤੌਰ 'ਤੇ ਕੌਣ ਇਨਵੋਲਵ ਸੀ, ਕਿਹਨਾਂ ਦੇ ਨਾਂ ਆਉਣੇ ਸ਼ੁਰੂ ਹੋ ਗਏ ਸੀ। ਤਾਂ ਉਹ ਭਾਵੇਂ ਉਹ ਸਰਕਾਰੀ ਅਫਸਰ ਸੀ ਅਤੇ ਭਾਵੇਂ ਉਹ ਸਿਆਸੀ ਲੀਡਰ ਸਾਹਿਬਾਨ ਸੀ, ਉਹ ਸਾਰਿਆਂ ਨੇ ਵੱਖ ਵੱਖ ਕਚਹਿਰੀਆਂ ਵਿੱਚ ਜਾ ਕੇ ਇਸ ਜਿਹੜੀ ਸਿੱਟ ਨੂੰ ਹੈਗਾ, ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਨੂੰ ਰੋਕਣ ਦੇ ਹਰ ਜਿਹੜੇ ਯਤਨ ਹੁੰਦੇ ਆ ਵੀ ਆਪਾਂ ਜੀ ਇਨਕੁਆਇਰੀ ਬਦਲ ਦਿੱਤੀ ਜਾਵੇ, ਇਨਕੁਆਇਰੀ CBI ਨੂੰ ਦੇ ਦਿੱਤੀ ਜਾਵੇ, ਇਸ ਕਿਸਮ ਦਾ ਮਾਹੌਲ ਜਿਹੜਾ ਸੀਗਾ ਉਹ ਪੰਜਾਬ 'ਚ ਬਣਨਾ ਅਤੇ ਬਣਾਉਣਾ ਸ਼ੁਰੂ ਕਰ ਦਿੱਤਾ। ਕੁਛ ਕੇਸਿਸ ਜਿਹੜੇ ਸੀਗੇ ਸਾਹਿਬ ਉਹ ਸਰਕਾਰ ਪੁਰਾਣੀ ਹੀ CBI ਨੂੰ ਦੇ ਗਈ ਸੀ ਔਰ ਬੜਾ ਜ਼ਰੂਰੀ ਸੀਗਾ ਵੀ ਉਹ ਕੇਸਿਸ ਜਿਹੜੇ ਆ CBI ਤੋਂ ਵਾਪਸ ਆ ਕੇ ਪੰਜਾਬ ਪੁਲਿਸ ਦੇ ਹਵਾਲੇ ਹੋਣ ਤਾਂ ਕਿ ਮੌਜੂਦਾ ਸਰਕਾਰ ਉਸ ਦਾ ਕੋਈ ਹੱਲ ਲੱਭ ਸਕੇ ਜੀ ਜੀ ਜੀ। ਉਹਦੀ ਇੱਕ ਜਿਹੜੀ ਲੜਾਈ ਸੀ ਉਹ ਅਲੱਗ ਵੱਖ ਵੱਖ ਕਚਹਿਰੀਆਂ ਵਿੱਚ ਚੱਲ ਰਹੀ ਸੀਗੀ, CBI ਦੀ ਕੋਰਟ ਵਿੱਚ ਚੱਲ ਰਹੀ ਸੀ, ਹਾਈ ਕੋਰਟ ਵਿੱਚ ਚੱਲ ਰਹੀ ਸੀ। ਤੋ ਇਹ ਜਦੋਂ ਇੱਕ ਪਾਸੇ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਵੇ ਔਰ ਦੂਜੇ ਪਾਸੇ ਕਚਹਿਰੀਆਂ ਦੇ ਵਿੱਚ ਜਦੋਂ ਕੰਮ ਇਹ ਜਿਹੜੀ ਲੜਾਈ ਹੈ ਉੱਥੇ ਪਹੁੰਚ ਜੇ ਤਾਂ ਕਿਤੇ ਨਾ ਕਿਤੇ ਜਿਹੜੀ ਸਾਰੀ ਇਨਕੁਆਇਰੀ ਹੈਗੀ ਹੈ ਉਸ ਪ੍ਰੋਸੈਸ ਨੂੰ ਢਾਅ ਲੱਗ ਜਾਂਦੀ ਹੈ ਜੀ ਜੀ ਜੀ। ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਫੈਸਲੇ ਜੋ ਮਰਜ਼ੀ ਆਏ ਹੋਣ ਜਿਹੜੇ ਪਿਛਲੇ 7-8 ਮਹੀਨਿਆਂ ਵਿੱਚ, ਮੈਂ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਨੇ ਇੱਕ ਬੜਾ ਇੰਪੋਰਟੈਂਟ ਕੇਸ ਸੀ ਕਿ ਜਿਹੜਾ ਕੇਸ ਬੇਅਦਬੀ ਦਾ CBI ਕੋਲ ਸੀ ਉਹ 3 ਮਹੀਨੇ ਪਹਿਲਾਂ ਹੀ ਵਾਪਸ ਪੰਜਾਬ ਸਰਕਾਰ ਕੋਲ ਆ ਗਿਆ। ਜਿਹੜੀ ਉਹਦੇ ਲਈ ਸਿੱਟ ਇੱਕ ਬਣੀ ਹੋਈ ਆ ਉਸਦੇ ਵਿੱਚ ਉਹ ਜਿਹੜੀ ਲਗਾਤਾਰ ਕੰਮ ਜਿਹੜਾ ਉਹਨਾਂ ਦਾ ਰੁਕ ਗਿਆ ਸੀਗਾ ਉਹਨਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ। ਬਹਿਬਲ ਕਲਾਂ ਦੀ ਜਿਹੜੀ ਸਿੱਟ ਹੈਗੀ ਆ ਅਲੱਗ ਹੈਗੀ ਹੈ, ਜਿਹੜੀ ਇਸ ਜਿਹੜੀ ਫਾਇਰਿੰਗ ਦੀ ਜਿਹੜੀ ਜਿਸ ਵਿੱਚ ਦੋ ਇੱਕ ਪਾਠ ਕਰ ਰਹੇ ਸੀਗੇ ਦੋ ਨੌਜਵਾਨ ਜਿਹਨਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹਨਾਂ ਦੇ ਨੂੰ ਲੈ ਕੇ ਉਹ ਸਿੱਟ ਅਲੱਗ ਕੰਮ ਕਰ ਰਹੀ ਹੈ ਔਰ ਜਿਹੜੀ ਕੋਟਕਪੂਰੇ ਫਾਇਰਿੰਗ ਹੋਈ ਉਸਨੂੰ ਲੈ ਕੇ ਸਿੱਟ ਇੱਕ ਅਲੱਗ ਕੰਮ ਕਰ ਰਹੀ ਹੈ। ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਪੁਰਾਣੀ ਸਿੱਟ ਸੀਗੀ ਉਸਨੂੰ ਲੈ ਕੇ ਜਿੰਨੇ ਵੀ ਇਸ਼ੂ ਸੀਗੇ ਉਹ ਕੋਰਟ ਨੇ ਆਪਦੀ ਫਾਈਂਡਿੰਗ ਵਿੱਚ ਉਹਨਾਂ ਬਾਰੇ ਟਿੱਪਣੀਆਂ ਕੀਤੀਆਂ ਔਰ ਕੁਛ ਨਵੀਂ ਜਿਹੜੀ ਸਿੱਟ ਬਣੀ ਜਾਂ ਬਣਾਉਣ ਲਈ ਜਿਹੜੀਆਂ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਸੀ ਉਸਦੀ ਜਿਹੜੀ ਪਾਲਣਾ ਹੈਗੀ ਹੈ ਉਹ ਸਰਕਾਰ ਪੂਰੇ ਤਰੀਕੇ ਨਾਲ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਕਿਸੇ ਤਾਰੁਖ ਦਾ ਮਤਲਬ ਨਹੀਂ ਹੈਗਾ ਸਾਹਿਬ, ਇੱਕ ਸਿੱਖੀ ਸੋਚ ਵਾਲਾ, ਇੱਕ ਨੇਕ ਸੋਚ ਵਾਲਾ ਇਨਸਾਨ ਹੈ। ਇਸ ਕਰਕੇ ਨਹੀਂ ਕਿ ਮੈਂ ਉਹਨਾਂ ਦਾ ਸਿਆਸੀ ਸਕੱਤਰ ਹਾਂ ਜਾਂ ਮੇਰਾ ਉਹਨਾਂ ਨਾਲ 14 ਸਾਲ ਦਾ ਵਾਹ ਵਾਸਤਾ ਹੈਗਾ, ਪਰ 1984 ਵਿੱਚ ਮੈਂ ਉਹਨਾਂ ਦੇ ਨਾਲ ਨਹੀਂ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਉਹਨਾਂ ਨੇ ਕੀ ਸਟੈਂਡ ਲਿੱਤਾ। 1986 ਵਿੱਚ ਫਿਰ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹਨਾਂ ਦਾ ਕੀ ਸਟੈਂਡ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ, ਅਸਤੀਫਾ ਦਿੱਤਾ ਉਹਨਾਂ ਨੇ ਉਸ ਟਾਈਮ ਦੀ ਸਰਕਾਰ ਵਿੱਚੋਂ। ਕੰਦੂ ਖੇੜੇ ਦਾ ਜਦੋਂ ਕਿਤੇ ਮਸਲਾ ਆਇਆ, ਪੰਜਾਬ ਦਾ ਮਸਲਾ ਸੀ, ਉਹਨਾਂ ਦਾ ਸਟੈਂਡ ਕੀ ਸੀ ਆਪਾਂ ਸਾਰਿਆਂ ਨੂੰ ਪਤਾ। ਦਰਿਆਈ ਜਦੋਂ ਪਾਣੀਆਂ ਦਾ ਮਸਲਾ ਆਇਆ ਉਹਨਾਂ ਦਾ ਸਟੈਂਡ ਕੀ ਸੀ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਇਹ ਜਿਹੜੀ ਲੜਾਈ ਹੈਗੀ ਹੈ ਇਸ ਨੂੰ ਲੈ ਕੇ, ਬਹਿਬਲ ਕਲਾਂ ਵਿੱਚ ਫਾਇਰਿੰਗ ਔਰ ਕੋਟਕਪੂਰਾ ਫਾਇਰਿੰਗ ਲੈ ਕੇ, ਉਸ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਚ ਹੈਗੀ ਹੈ ਜਾਂ
ਨੀਤੀ ਹੈਗੀ ਆ ਉਹ ਇਹੀ ਹੈਗੀ ਆ ਕਿ ਜਲਦ ਤੋਂ ਜਲਦ ਜਿਹੜੇ ਇਹ ਗੁਨਾਹਗਾਰ ਹੈਗੇ ਆ ਇਸ ਦੇ ਪਿੱਛੇ ਜੋ ਵੀ ਬੰਦਾ ਹੈਗਾ ਕਿਸੇ ਕਿਸਮ ਦਾ ਵੀ ਹੋਵੇ, ਕਿਸੇ ਵੀ ਸੋਚ ਦਾ ਹੋਵੇ, ਕਿਸੇ ਵੀ ਸਿਆਸੀ ਕੱਦ ਦਾ ਹੋਵੇ, ਕਿਸੇ ਵੀ ਸਰਕਾਰੀ ਕੱਦ ਦਾ ਹੋਵੇ, ਜੋ ਵੀ ਇਸ ਵਿੱਚ ਜਿਹਨੇ ਗੁਨਾਹ ਕੀਤਾ ਹੋਊਗਾ ਉਹ ਬਖਸ਼ਿਆ ਨਹੀਂ ਜਾਵੇਗਾ। जी जी संधू साहब तुसी बहुत सोहना लैबरेट किया कि अड अड सिट्स काम कर रही ने, खास करके जेडे खदशे सी एन आर आईज दे इत्थे बैठे कि चलो हालांकि क्वेश्चन यह उठता कि जेडे पांच छे बंदे अरैसट किए हैं किसी की औकात नहीं होंगी कि एडा वड्डा कांड कर जे साडे लई सारे ही माणयोग ने, चाहे गीता है, कुरान है, श्री गुरु ग्रंथ साहब है, किसी धर्म ग्रंथ नूं चक के ते एडा घिनौना हरकत करे। मैनू पूरी आस है कि लोगों नूं भी कि जिन्हां ने करवाया ये पांच छे बंदे तां करन वाले करवाया उत्थे तक भी गल पहुँचूगी। तुसीं बहुत सोहना एलैबरेट किया संधू साहब। आपां रुकना पै रहा सिर्फ एक क्विक ब्रेक लई, सिर्फ दो मिनट लई, आपां जुड़दे हां फिर दो मिनटां बाद। दर्शकों साडे नाल जुड़े हुए ने कैप्टन संदीप सिंह संधू, पोलीटिकल एडवाइजर सीएम साहब दे, ते आपां उन्हां तों बहुत क्वेश्चन होर ने। आपां रुकना पै रहा एक छोटी जी ब्रेक लई, इदां बने रहो जस पंजाबी ते। स्वागत जी तुहाडा सारिआं दा फिर दर्शको, मैं तुहाडा गुरलाल आपदा प्रोग्राम ओपन प्लेटफॉर्म। अपने नाल जुड़े हुए ने माणयोग कैप्टन संदीप सिंह संधू, जिहड़े कि पोलीटिकल एडवाइजर ने सीएम साहब दे। दर्शकों क्वेश्चन बहुत ने, उन्होंने बहुत सोहना एलैबरेट किया जिहड़े अपने पक्ष के मुद्दे सीगे। अपना अगला क्वेश्चन है संधू साहब कि ड्रग्स का जिहड़ी प्रॉब्लम है संधू साहब, ठल जरूर पई है, कोई दोहरा ही नहीं हो सकता, कोशिशां पुरानियां सरकारां भी करदियां होणगियां पर तुसीं या तुहाडी गवर्नमेंट ने किया, ठल जरूर पई है पर घटनावां हले भी मंदभागी घटनावां हले भी वापर रही ने। कितें कोई साडी भैण सरिंजां दे सने कितें आपदा जिंदगी खत्म कर लैंदी, नौजवान कर लैंदे हैं, मतलब सप्लाई चैन कितें ना कितें हैगी है, मतलब देयर आर ब्लैक शीप स्टिल देयर, एक कमी कितें रह रही है। मैं नहीं लगता पुलिस फोर्स आपदा काम कर रहा है कि लोग नहीं निकल के बाहर आ रहे, उतों नहीं सहयोग मिल रहा या कोई दूसरे पास कोई कमी रह रही है। साहब मैं इस पर भी टिप्पणी शुरू उतों ही करनी चाहूँगा क्योंकि भी जरा सवाल है बहुत बारी पूछा जाता है जी, और अक्सर पंजाब के जो मौजूदा मुख्यमंत्री साहब है उन्होंने जो गुटके के हाथ रख के सहु खाने की जी गल है जी, उसका जिक्र बहुत बारी किया जाता है। इस कोई शक नहीं कि तलवंडी अपना बठिंडे जी साड़ी पोलिटिकल कॉन्फ्रेंस हुई अजे सरकार नहीं बनी सी और उत्थे कैप्टन साहब ने गुटका साहब के उत्ते हाथ रख के ये सौं खाधी सी कि मैं मुख्यमंत्री जे बनिया मैं जेडे नशियां दा जेड़ा दौर चल रहा है और नशियां दा जेड़ा दरिया वग रहा है ये मैं लक तोड़ दियांगा। देखो साहब गल सोच देखो इंसान की की है जी, उन्होंने आपस आप घरों चलते हैं आप घर में पाठ कराने तो आप अरदास करते हैं उदो मंशा की होंगी है, मंशा यही होंगी है कि मैं अपनी सच्ची ते सुची ते नेक सोच नाल ये करना चाहना है जी। यही गल उदन उस सोच का वह नतीजा सी कि उन्होंने गुरु महाराज साहब का सहारा लिता जी, बिकॉज एक हर सिख हर एक सोच वाला लैंदा कि मैं सच्चे पातशाह मैं सच्चे दिलों ये गल कह जा रहा। और पिछले चार साल भावें सिट एस आई टी बनाई सिट बनाई एस टी एफ बनाई जी आप उस सीधा मुख्यमंत्री साहब के दफ्तर न जोड़ के रखिया किसी थले पुलिस न जोड़ के नहीं रखिया, जी पोलीटिकल सियासी जो पेटरनेज मिल रही थी वह खत्म की थी जी, और इस तो अलावा काफ़ी काम भी होया जी, ड्रग की चेन सी वो बहुत हद तक टुटी पर थोड़ी गल बिल्कुल सही है साहब, खत्म नहीं हुई है जड़ी चीज़ है अजे भी, क्योंकि जे खत्म हुई हो फिर बरामदियाँ किमें हो रही कि तीन किलो अभी बराबद कर लें कि दो किलो कर लें। देखो मैं किसी पिछे जाना नहीं चाहता बट हर चीज़ के जी पबलिक पार्टीसपेन होंगी है वो बहुत जरूरी होंगी है जी, जो किसी परिवार का बच्चा इस अत में पै जाता है परिवार की बड़ी कोशिश होंगी है कि उस बच्चे इस अत विचों कढ़िया जाए जी जी, कोशिश भी करते हैं पर बहुत बारी परिवार तो बेबस हो जाता है ये सिचुएशन को संभालना जी, और ये जो प्रेजेंट नतीजा है जिस किस्म के
ਕਿਤੇ ਨਾ ਕਿਤੇ ਬਲੈਕ ਸ਼ੀਟ ਵੀ ਹੈਗੇ ਆ ਤੁਸੀਂ ਜਿਹੜੀ ਗੱਲ ਆਖੀ, ਪਰ ਬਹੁਤ ਜ਼ਰੂਰੀ ਹੈ ਕਿ ਹਜੇ ਜਿਹੜੀ ਪਬਲਿਕ ਪਾਰਟਿਸਪੇਸ਼ਨ ਹੈ, ਦੇਖੋ ਤੁਸੀਂ ਜਿਸ ਕੰਟਰੀ ਵਿੱਚ ਬੈਠੇ ਹੋ ਫਿਲਹਾਲ ਸਾਹਿਬ, ਉਸ ਤੋਂ ਡਿਵੈਲਪਡ ਕੰਟਰੀ ਹੋਰ ਕੋਈ ਹੈ ਨਹੀਂ ਜੀ, ਔਰ ਅੱਜ ਵੀ ਉੱਥੇ ਡਰੱਗ ਦੇ ਮਸਲੇ ਜਿਹੜੇ ਭਖਣ ਵਾਲੀ ਗੱਲ ਹੈ, ਸਾਡੇ ਪੰਜਾਬ ਨਾਲੋਂ ਕਿਤੇ ਵੱਧ ਭਖਦੇ ਆ ਜੀ ਜੀ, ਹਾਲਾਂਕਿ ਸਾਡੇ ਤੋਂ ਵੱਧ ਉਹਨਾਂ ਕੋਲ ਤਰੀਕੇ ਹੈ, ਸਭ ਤੋਂ ਵੱਧ ਅਵੇਅਰਨੈਸ ਉੱਥੇ ਹੈਗੀ ਹੈ ਜੀ ਜੀ। ਸਾਡੇ ਇੱਥੇ ਪੁਲਿਸ ਨੇ ਕਾਫੀ ਹੱਦ ਤੱਕ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੋਲੀਟੀਕਲ ਪੇਟਰਨੇਜ ਜਿਹੜੀ ਸੀ ਵੀ ਜੀ ਫਲਾਨਾ ਸੀ ਉਹ ਫਲਾਨਾ ਲੀਡਰ ਹੈ, ਫਲਾਨਾ ਐਮ ਐਲ ਏ ਹੈ, ਤੁਸੀਂ ਅਕਸਰ ਇਹ ਸੁਣਿਆ ਸੀ 2010 ਤੋਂ ਲੈ ਕੇ 2017 ਤੱਕ ਜੀ, ਉਸ ਕਿਸਮ ਦੀ ਜਿਹੜੀ ਜਿਹੜਾ ਪਿਛੋਕੜੋਂ ਜਿਹੜੀ ਮਿਲਦੀ ਸੀ, ਇੱਕ ਇੱਕ ਬੈਕਅਪ ਮਿਲਦਾ ਸੀ, ਉਹ ਖਤਮ ਹੋਇਆ ਗਿਆ। ਪਰ ਜਿੱਦਣ ਪਬਲਿਕ ਅੱਗੇ ਆ ਗਈ, ਪਬਲਿਕ ਨੇ ਪਾਰਟੀਸਪੇਸ਼ਨ ਦੇ ਵਿੱਚ ਹੋਰ ਅਗਰੈਸਿਵਨੈਸ ਦਿਖਾ ਦਿੱਤੀ ਜੀ, ਇਹ ਜਿਹੜੀ ਅੱਜ ਜਿਹੜੀ ਮੌਜੂਦ ਹੈਗੀ ਹੈ ਚੇਨ, ਜਿਹੜੀ ਅਜੇ ਵੀ ਕਈ ਥਾਵਾਂ 'ਤੇ ਆਪਾਂ ਨੂੰ ਸੁਣਨ ਨੂੰ ਮਿਲਦਾ, ਔਰ ਜਿਹੜੇ ਤੁਸੀਂ ਜ਼ਿਕਰ ਕੀਤੇ ਆ ਉਹ ਗੱਲਾਂ ਦੇ, ਮੇਰੇ ਹਿਸਾਬ ਨਾਲ ਉਸ 'ਤੇ ਵੀ ਅਸੀਂ ਫਤਿਹ ਪਾ ਲਾਂਗੇ ਜੀ ਜੀ ਜੀ। ਸੰਧੂ ਸਾਹਿਬ, ਆਪਾਂ ਇੱਕ ਬਹੁਤ ਇੰਪੋਰਟੈਂਟ, ਕਿਉਂਕਿ ਆਪਾਂ ਜਾਣਾ ਤੁਹਾਡੀ ਕਾਂਗਰਸ ਪਾਰਟੀ ਦੇ ਵਿੱਚ ਜੋ ਚੱਲ ਰਿਹਾ ਆ, ਪਰ ਉੱਤੇ ਵੀ ਜਾਵਾਂਗੇ, ਪਰ ਉਸ ਤੋਂ ਜ਼ਰੂਰੀ ਇਹ ਹੈ ਕਿ ਜਿਹੜੀ ਕਰੋਨਾ ਮਹਾਂਮਾਰੀ ਨਾਲ ਆਪਾਂ ਲੜ ਰਹੇ ਹਾਂ। ਸੰਧੂ ਸਾਹਿਬ, ਮੈਂ ਵੀ ਪਿਛਲੇ ਸਾਲ ਇੰਡੀਆ ਕੋਈ ਕੰਮ ਗਿਆ ਸੀ ਤਾਂ ਸਟੱਕ ਹੋ ਗਿਆ ਸੀ, ਫਲਾਈਟਾਂ ਬੰਦ ਹੋ ਗਈਆਂ ਸੀਗੀਆਂ, ਪਰ ਸਾਰਿਆਂ ਤੋਂ ਪਹਿਲਾਂ ਜਿਹੜਾ ਕੰਮ ਤੁਹਾਡੀ ਗੌਰਮੈਂਟ ਨੇ ਅਤੇ ਉੜੀਸਾ ਗੌਰਮੈਂਟ ਨੇ ਕੀਤਾ ਸੀ, ਲੋਕਡਾਊਨ ਦਾ ਡਿਸਿਪਲਨ ਦਾ ਬਹੁਤ ਵਧੀਆ ਕੀਤਾ ਸੀ, ਸ਼ਲਾਘਾਯੋਗ ਹੈ ਸੀ ਐੱਮ ਸਾਹਿਬ ਵੀ, ਤੁਸੀਂ ਸਾਰੇ। ਮੇਰਾ ਕੁਐਸਚਨ ਇਹ ਸੰਧੂ ਸਾਹਿਬ, ਜਿਹੜਾ ਉਸ ਤੋਂ ਬਾਅਦ ਵਾਲਾ ਸਟੈਪ ਹੈ, ਚਾਹੇ ਉਹ ਬਲੈਕ ਫੰਗਸ ਹੈ, ਉਹ ਤਾਂ ਇੱਕ ਬਿਮਾਰੀ ਹੈ, ਰੱਬ ਕਰੇ ਉਹਦਾ ਇਲਾਜ ਵੀ ਹੋਵੇ, ਤਾਂ ਕੁਐਸਚਨ ਮੇਰਾ ਹੈਗਾ ਹੈ ਕਿ ਇਨਸਾਨੀਅਤ ਹੀ ਕੁਛ ਕਰ ਸਕੂਗੀ ਜਿਹੜੇ ਆਪਾਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਸਾਥ ਦਈਏ, ਕਿ ਅੱਜ ਲਾਈਨ ਆਫ ਡਿਊਟੀ 'ਤੇ ਡਾਕਟਰ ਨਰਸ ਵੀ ਮਰ ਰਹੇ ਹੈ, ਜਿਹੜੇ ਤੁਹਾਡੇ ਪੁਲਿਸ ਫੋਰਸ ਦੇ ਜਵਾਨ ਵੀ ਥੱਕ ਜਾਂਦੇ ਹੋਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਫਾਈ ਕਰਮਚਾਰੀ ਹੋਣਗੇ, ਹੋਰ ਬਹੁਤ ਹੈ, ਅਤੇ ਉਸ ਤੋਂ ਬਾਅਦ ਕਰਿਆਨੇ ਵਾਲੇ, ਪਰਚੂਨ ਵਾਲੇ, ਕੋਈ ਵੀ ਹਰ ਬਿਜ਼ਨਸ ਜਿਹੜਾ ਹਰਟ ਹੋਇਆ ਹੈ, ਕੀ ਤੁਹਾਡਾ ਕੋਈ ਬੈਕਅਪ ਪਲਾਨ ਹੈ ਕਿ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਕੁਛ ਦਿੱਤਾ ਜਾਵੇ ਐਜ਼ ਅ ਸਬਸਿਡੀ, ਤਾਂ ਕਿ ਉਹ ਵਿਚਾਰੇ ਪੈਰਾਂ 'ਤੇ ਦੁਬਾਰਾ ਖੜ੍ਹੇ ਹੋਣ, ਜਿਹੜੇ ਡਾਕਟਰਸ ਜਾਂ ਪੁਲਿਸ ਵਾਲੇ ਜਿਹੜੇ ਇਸ ਜਹਾਨ ਤੋਂ ਹੀ ਚਲੇ ਜਾਂਦੇ ਆ ਲਾਈਨ ਆਫ ਡਿਊਟੀ 'ਤੇ, ਉਹਨਾਂ ਨੂੰ ਕੁਛ ਨਾ ਕੁਛ ਦਿੱਤਾ ਜਾਵੇ, ਤਾਂ ਕਿ ਜਿਹੜੇ ਬੱਚੇ ਆ, ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਉਸ ਕਿੱਤੇ ਵਿੱਚ ਜਾਣ ਨੂੰ ਘਬਰਾਵੇ ਨਾ। ਨਾਲ ਸਾਹਿਬ, ਬੜਾ ਇੰਪੋਰਟੈਂਟ ਸਵਾਲ ਹੈ ਇਹ ਜੀ। ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਕੋਰੋਨਾ ਮਹਾਂਮਾਰੀ ਨੇ ਪੰਜਾਬ ਨੂੰ ਵੀ ਉਸੇ ਤਰੀਕੇ ਨਾਲ ਹੀ ਆਪਦੀ ਲਪੇਟ 'ਚ ਵਿੱਚ ਲਿੱਤਾ ਹੋਇਆ ਜਿਵੇਂ ਪੂਰਾ ਸੰਸਾਰ ਜਾਂ ਪੂਰਾ ਸਾਡਾ ਭਾਰਤ ਦੇਸ਼ ਹੈਗਾ ਜੀ। ਲਗਾਤਾਰ ਕੋਸ਼ਿਸ਼ ਹੈ ਸਰਕਾਰ ਦੀ ਔਰ ਮੁੱਖ ਮੰਤਰੀ ਸਾਹਿਬ ਦੀ, ਔਰ ਕੋਸ਼ਿਸ਼ਾਂ ਦਾ ਹੀ ਕਾਰਨ ਇਹ ਹੈਗਾ ਕਿ ਅਸੀਂ ਫਿਰ ਵੀ ਬਾਕੀ ਜਿਹੜੀਆਂ ਸਟੇਟਾਂ ਹੈਗੀਆਂ ਉਹਨਾਂ ਨਾਲ ਬਹੁਤ ਅੱਛਾ ਪਰਫੋਰਮ ਕਰ ਰਹੇ ਹਾਂ ਜੀ। ਦੇਖੋ, ਜ਼ਿੰਦਗੀ ਦੇ ਵਿੱਚ ਜਦੋਂ ਕੋਈ ਕਿਸੇ ਦਾ ਦੁੱਖ ਜਾਂ ਕਿਸੇ ਦੀ ਜ਼ਿੰਦਗੀ 'ਚ ਜਾਨ ਚਲੀ ਜਾਂਦੀ ਹੈ, ਜਦੋਂ ਆਹ ਗੱਲ ਸੁਣੂਗਾ ਉਹਨੂੰ ਆਹ ਗੱਲ ਸੁਣ ਕੇ ਖੁਸ਼ੀ ਨਹੀਂ ਹੋਊਗੀ। ਮੈਂ ਇਸ ਦੀ ਲਪੇਟ ਵਿੱਚ ਆਇਆ ਹਾਂ, ਮੇਰੇ ਮਦਰ 99 ਸਾਲ ਦੇ ਆ, ਹਜੇ ਵੀ ਹੋਸਪਿਟਲ 'ਚ ਹੈ, ਉਹ ਇਸ ਦੀ ਲਪੇਟ ਵਿੱਚ ਆਏ ਵੀ ਹੈਗੇ ਆ, ਔਰ ਇਸੇ ਤਰੀਕੇ ਨਾਲ ਪਰਿਵਾਰਾਂ ਦੇ ਪਰਿਵਾਰ ਇਸ ਬਿਮਾਰੀ ਦੇ ਲਪੇਟ ਵਿੱਚ ਆਏ। ਮੈਂ ਲੋਕਡਾਊਨ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹੁੰਦਾ, ਉਹੀ ਸਵਾਲ ਜਿਹੜਾ ਤੁਸੀਂ ਮੇਰੇ ਤੋਂ ਪਹਿਲਾਂ ਡਰੱਗਸ ਨੂੰ ਲੈ ਕੇ ਪੁੱਛਿਆ ਸੀ, ਇਸ ਦੇ ਵਿੱਚ ਵੀ ਪਬਲਿਕ ਜਿਹੜੀ ਪਾਰਟੀਸਪੇਸ਼ਨ ਹੈਗੀ ਹੈ ਇਨ ਟਰਮਸ ਆਫ ਜੋ ਗੌਰਮੈਂਟ ਉਹਨਾਂ ਨੂੰ ਰਿਕੁਐਸਟ ਕਰ ਰਹੀ ਹੈ ਉਹਨੂੰ ਫੋਲੋ ਕਰਨ ਵਿੱਚ ਬਹੁਤ ਕਮੀ ਹੈ ਜੀ। ਮਾਸਕ ਨਹੀਂ ਲਾਉਣਾ, ਘਰੋਂ ਬਿਨਾਂ ਕਿਸੇ ਗੱਲ ਤੋਂ ਬਾਹਰ ਨਿਕਲਣਾ, ਇਕੱਠ ਦੇ ਵਿੱਚ ਤੁਰਨਾ ਜੀ ਜੀ ਜੀ, ਜਿਹੜੇ ਪਰਿਵਾਰਾਂ ਵਿੱਚ ਦੁਖਾਂਤ ਜਦੋਂ ਹੁੰਦੇ ਆ, ਭੋਗ ਹੁੰਦਾ, ਸੰਸਕਾਰ ਹੁੰਦਾ, ਉਹਦੇ ਵਿੱਚ ਜਿਹੜੇ ਇਹ ਸਰਕਾਰ ਵੱਲੋਂ ਬੇਨਤੀ ਆ, ਦੇਖੋ ਸਰਕਾਰ ਕਿਸੇ ਦੇ ਸੰਸਕਾਰ ਵਿੱਚ ਜਾਂ ਜਦੋਂ ਫੁੱਲ ਚੁੱਗ ਰਹੇ ਹਾਂ ਜਾਂ ਆਪਾਂ ਭੋਗ ਪੈ ਰਹੇ ਹਾਂ, ਉੱਥੇ ਜਾ ਕੇ ਰੌਲਾ ਨਹੀਂ ਪਾ ਸਕਦੀ ਵੀ ਭਾਈ ਹੁਣ ਤੁਸੀਂ 40 ਬੰਦੇ ਇੱਥੇ ਕਿਉਂ ਇਕੱਠੇ ਹੋਏ ਬੈਠੇ। ਜੀ 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 ਜੀ, ਇੱਕ ਰਿਕੁਐਸਟ ਹੀ ਕੀਤੀ ਜਾ ਸਕਦੀ, ਔਰ ਉਸ ਤੋਂ ਬਾਅਦ ਪੰਚਾਇਤ ਰਾਹੀਂ ਜਾਂ ਲੋਕਾਂ ਰਾਹੀਂ, ਸੋ ਇੱਕ ਇਹ ਬੜੀ ਵੱਡੀ ਕਮੀ ਆ ਰਹੀ ਹੈ। ਲੋਕ ਡਰ ਤਾਂ ਜ਼ਰੂਰ ਰਹੇ ਹੈ ਬਿਮਾਰੀ ਤੋਂ, ਹੁਣ ਸਮਝ ਵੀ ਰਹੇ ਹੈ, ਪਰ ਕਿਤੇ ਨਾ ਕਿਤੇ ਜਿਹੜੀਆਂ ਸਿੰਪਲ ਰੂਲਸ ਹੈਗੇ ਆ ਜਾਂ ਬੇਨਤੀਆਂ ਹੈਗੀਆਂ ਵੀ ਮੂੰਹ 'ਤੇ ਮਾਸਕ ਪਾਓ, ਹੱਥ ਆਪਦੇ ਧੋਵੋ, ਘੱਟ ਮਿਲੋ, ਘਰੋਂ ਘੱਟ ਬਾਹਰ ਨਿਕਲੋ, ਉਹਨਾਂ ਨੂੰ ਫੋਲੋ ਕਰਨ ਵਿੱਚ ਕਿਤੇ ਨਾ ਕਿਤੇ ਕਮੀ ਹੈ। ਜਿੱਥੋਂ ਤੱਕ ਫਰੰਟ ਲਾਈਨ ਵਾਰੀਅਰਸ ਦੀ ਗੱਲ ਆਖੀ, ਡਾਕਟਰਸ, ਨਰਸਿਸ, ਸਫਾਈ ਸੇਵਕ, ਪੁਲਿਸ ਕਰਮੀ, ਇਹਨਾਂ ਸਾਰਿਆਂ ਲਈ ਪਿਛਲੇ ਸਾਲ ਹੀ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਬਣਾ ਦਿੱਤੀ ਗਈ ਸੀ ਕਿ ਪਰਿਵਾਰ ਦਾ ਜਦੋਂ ਵੀ ਕੋਈ ਇਹੋ ਜਿਹਾ ਜੀ ਸਦੀਵੀ ਵਿਛੋੜਾ ਦੇ ਜੂਗਾ ਤਾਂ ਉਸਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ ਇਸ ਦੇ ਨਾਲ 50 ਲੱਖ ਰੁਪਈਆ
उस परिवार नूं दिता जाऊगा और बच्चों की जो पढ़ाई है वह भी सरकार आपके जिम्मे लैके उन्होंने पढ़ाऊगी और इसकी जी पालना हैगी है काफ़ी हद तक की जा रही है। पंडाल साहब मैं इतनी एक गल होर दसनी चाह रहा जी कि जिहड़ा किसानी अंदोलन चल रहा है टिकरी गाजीपुर ते सिंघू बॉर्डर ते जी सरकार ने यह भी अनाउंस किया है कि जो कोई भी किसान उत्थे शमूलियत करन वेले जां वापस आउंदा होया जां वापस आके कुछ दिनों बाद बीमार हो जाता और इस दुनिया तो अलविदा कह जाता तो उसके परिवार को भी माली जी सहायता हैगी है 5 लाख रुपए की वो दिती जाऊगी और वह दिती जा रही हैगी है। सो सरकार वालों भावें इस हालातों में अंदोलन को लैके सरकार वालों इस हालातों को लैके अच्छा तुम करियाने वालों की गल की यही कारण है कि इस बार जो लॉकडाउन लाया गया सी हालांकि इस बार साढ़े पूरे 1.5 साल में सब तो वध केसिस रोज दे असी 10,000 तक भी पहुँच गए सी जी जी तकरीबन रोज दियाँ 200 तो उत्ते जिहड़ियां मौतां सी रिकॉर्ड कीतियां जा रही सी इस दे बावजूद जिहड़ा लॉकडाउन सी उसनूं इस तरीके नाल रख्या सी कि लॉकडाउन घट तो घट बिजनेसिस नूं डेली वेजर्स नूं लेबर नूं घट तो घट प्रभावित करे बतौर लॉकडाउन। सो इस किस्म के कदम तो इलावा हुण सरकार ने पेंशन अलाउ करती है कि जिहदा भी परिवार का जी चला जाता है इस दे विच जिवें बच्चे रह जाते हैं उन्हां दी पढ़ाई परिवार के मैंबरां नूं 1500 रुपया इस तो अलावा 51,000 होर रुपया तो इस किस्म दियां जिहड़ियां अनाउंसमेंट्स आ सरकार लगातार करती जा रही है। सब अफसोस यही है कि जिहड़ी बीमारी है क्योंकि ये पेंडेमिक दे विच जिहड़ी स्थानिक सरकार होंदी है उसनों बहुत डिपेंडेंट होना पैंदा है केंद्रीय सरकार से। तो केंद्रीय सरकार बारे मैं फिर टिप्पणी इस करके नहीं करूँगा क्योंकि ये हालातों में किसी माड़ा चंगा कहना कोई सियानी गल नहीं होंदी साहब, पर मैं यही है कि साड़ी उन्होंने भी वारी वारी केंद्र सरकार को यही बेनती लगी रही है कि सानू ऑक्सीजन पहुँचाओ जी, छेती तो छेती इंजैक्शन दो जी, सानू छेती तो छेती जी दवाई रेमडेसिविर या होर जिहड़ियां दवाइयां हैगियां उह साडे तक पहुँचाओ जी। सो वह जिहड़ी कोशिश असीं लगातार बतौर चिट्ठियां लिख के टैलीफोन राहीं ये जिहड़ियां हैगियां करदे रह रहे हैं और यही कोशिश हैगी है कि पंजाब विच असीं इसते कंट्रोल पा सकी है जल्द तो जल्द जी। जी संत साहब तुसीं सेंटर गौरमेंट एक दू वक्त नहीं है एक दूजे के उत्ते उंगलां चक्कण दा इस टाइम हैगा कि मानवता किद्दां बचाउणी आ आपां। संत साहब अपने को क्वेश्चन होर ने सिर्फ क्विक ब्रेक लई आपां नूं रुकना पै रहा। दर्शकों अपने नाल जुड़े हुए ने माननीय कैप्टन संदीप सिंह संधू, आपां मिलदे हां एक छोटी जी ब्रेक दे लई, इसे तरह बने रहो जस पंजाबी ते। स्वागत जी तुहाडा सारयां दा फेर प्रोग्राम ओपन प्लेटफॉर्म है तुहाडा गुरलाल तुहाडे रूबरू हुणा ट्यूजडे वेंसडे थर्सडे शाम नूं 9 बजे पैसिफिक टाइम साढ़े कैलिफोर्निया स्टूडियो तो। दर्शकों साढ़े नाल बने हुए ने मानयोग कैप्टन संदीप सिंह संधू ते दर्शकों अपने को क्वेश्चन बहुत ने जिहड़े कि ਇਲੈਬੋਰੇਟ ਕੀਤਾ ਕਿ ਉਹ ਜਿਹੜੀ ਚੀਜ਼ ਆ ਹਰ ਜਗ੍ਹਾ ਕੰਪਲੀਟ ਸ਼ਟਡਾਊਨ ਕਰਕੇ ਵੀ ਨਹੀਂ ਸਰਦਾ, ਲਿਮਿਟੇਸ਼ਨ ਦੇ ਵਿੱਚ ਚੀਜ਼ਾਂ ਚਾਲੂ ਰੱਖੀਆਂ ਅਸੀਂ ਤੇ ਉਸ ਤੋਂ ਬਾਅਦ ਦਰਸ਼ਕੋ ਇੱਕ ਗੱਲ ਕਰਦੇ ਜੇ ਉਹਨਾਂ ਨੂੰ ਆਪਣੇ ਜਿਹੜੇ ਜਿਹੜੀ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਪਿਆ ਹੋਇਆ ਕੋਸ਼ਿਸ਼ ਕਰਦੇ ਹਾਂ ਸੰਧੂ ਸਾਹਿਬ ਨੂੰ ਦੁਬਾਰਾ ਲਿਆਉਣ ਦੀ। ਅਤੇ ਸੰਧੂ ਸਾਹਿਬ ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਆਪਣਾ ਕੁਐਸਚਨ ਜਿਹੜਾ ਨੈਕਸਟ ਇਹ ਹੈ ਕਿ ਜਿਹੜਾ 10 ਜੂਨ ਤੱਕ ਤੁਸੀਂ ਲੋਕਡਾਊਨ ਮਿੰਨੀ ਲੋਕਡਾਊਨ ਜਿਹੜਾ ਵਧਾ ਦਿੱਤਾ ਹੈ ਉਹ ਮੈਨੂੰ ਲੱਗਦਾ ਕਿ ਤੁਸੀਂ ਲਿਮਿਟੇਸ਼ਨਸ ਵਧਾਇਆ ਅਤੇ ਉਹਦੇ ਕੋਈ ਫਾਇਦੇ ਜਾਂ ਨੁਕਸਾਨ ਹਰ ਜਗ੍ਹਾ ਇਕੋਨਮਿਕਲੀ ਜੇ ਆਪਾਂ ਦੇਖੀਏ ਤਾਂ ਪੈਸੇ ਦਾ ਨੁਕਸਾਨ ਤਾਂ ਛੋਟੇ ਜ਼ਿਮੀਂਦਾਰ ਨੂੰ ਵੀ ਹੁੰਦਾ ਹੈ, ਵੱਡੇ ਜ਼ਿਮੀਂਦਾਰ ਨੂੰ, ਛੋਟੇ ਦੁਕਾਨਦਾਰ ਨੂੰ, ਵੱਡੇ ਜ਼ਿਮੀਂ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ 10 ਜੂਨ ਤੱਕ ਤੁਸੀਂ ਲੋਕਡਾਊਨ ਵਧਾਇਆ ਲੋਕਾਂ ਦੀ ਸੇਫਟੀ ਲਈ ਹੀ ਵਧਾਇਆ ਹੋਊਗਾ ਅਤੇ ਇਹਦੇ ਵਿੱਚ ਕੀ ਲਿਮਿਟੇਸ਼ਨਸ ਨੇ।
ਨਾਲ ਸਾਹਿਬ ਜਾਨ ਹੈ ਤੇ ਜਹਾਨ ਹੈ ਜੀ ਜੀ ਤੋ 10 ਜੂਨ ਤੱਕ ਜਿਹੜਾ ਰਾਤ ਵਾਲਾ ਕਰਫਿਊ ਜਾਂ ਲੋਕਡਾਊਨ ਦਾ ਸਮਾਂ ਹੁੰਦਾ ਜੀ 5 ਵਜੇ ਤੋਂ ਬਾਅਦ ਆਮ ਤੌਰ ਤੇ ਛੋਟੇ ਬੱਚੇ ਬਿਕੋਜ਼ ਇਹ ਜਿਹੜੀ ਸੈਕੰਡ ਵੇਵ ਆਈ ਹੈ ਨਾਲ ਸਾਹਿਬ ਜੀ ਇਹਦੇ ਵਿੱਚ ਜਿਹੜਾ 50 ਸਾਲ ਤੋਂ ਥੱਲੇ ਸੀ ਉਹ ਵੀ ਬਹੁਤ ਲਪੇਟ ਚ ਆਏ ਹੈ ਜੀ 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 ਤਕਰੀਬਨ ਆਪਾਂ ਦੇਖਦੇ ਹਾਂ ਜਦੋਂ ਸ਼ਾਮ ਪੈ ਜਾਂਦੀ ਹੈ ਅਕਸਰ ਹੀ ਬੱਚੇ ਆਪਣੇ ਜਵਾਨ ਕਾਰਾਂ ਲੈ ਕੇ ਪਰਿਵਾਰ ਵੀ ਕਈ ਵਾਰ ਮਤਲਬ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਮਾਰਕੀਟ ਵੱਲ ਨੂੰ ਕੂਚ ਕਰ ਲਈਏ ਗੋਲ ਗੱਪਿਆਂ ਤੋਂ ਲੈ ਕੇ ਇਹਨੂੰ ਆਪਦੇ ਜਿਹੜਾ ਸਮਾਨ ਹੈਗਾ ਉਹਦੀ ਖਰੀਦੋ ਫਰੋਖਤ ਕਰ ਲਈਏ ਜੀ ਸੋ ਇੱਕ ਤਾਂ ਜਿਹੜੀਆਂ ਟਾਈਮਿੰਗਸ ਜਿਹੜੀਆਂ ਪਹਿਲਾਂ ਰੱਖੀਆਂ ਸੀ 12 ਵਜੇ ਤੱਕ ਦੁਕਾਨਾਂ ਖੋਲਣ ਦੀਆਂ ਉਹ ਵਧਾ ਕੇ ਹੁਣ 4 ਵਜੇ ਤੱਕ ਕਰਤੀਆਂ ਜੀ 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 ਜਿਹੜਾ ਰਾਤ ਦਾ ਜਿਹੜਾ ਸਿਸਟਮ ਹੈਗਾ ਕਰਫਿਊ ਹੈਗਾ ਜਾਂ ਜਿਹੜਾ ਲੋਕਡਾਊਨ ਦਾ ਸਿਸਟਮ ਹੈ ਉਵੇਂ ਬਰਕਰਾਰ ਰੱਖਿਆ ਸਵੇਰੇ 5 ਵਜੇ ਤੱਕ 5 ਵਜੇ ਤੱਕ ਤਾਂ ਰੱਖਦੇ ਹਾਂ ਵੀ ਜਿਨ੍ਹਾਂ ਨੇ ਸਵੇਰੇ ਸੈਰ ਕਰਨੀ ਹੁੰਦੀ ਬਿਕੋਜ਼ ਸਿਹਤ ਵੀ ਬੜੀ ਜ਼ਰੂਰੀ ਹੈ ਔਰ ਸਿਹਤ ਦੇ ਵਿੱਚ ਸੈਰ ਬੜੀ ਜ਼ਰੂਰੀ ਹੈ ਤਾਂ ਕਰਕੇ 5 ਵਜੇ ਉਸਨੂੰ ਖਤਮ ਕਰ ਦਿੱਤਾ ਗਿਆ ਹੈਗਾ ਜਿਹੜਾ ਆਪਦੇ ਪਰਿਵਾਰ ਦੇ 4 ਜੀਆਂ ਤੋਂ ਪਹਿਲਾਂ ਘਟਾ ਕੇ ਗੱਡੀਆਂ ਵਿੱਚ 2 ਜੀ ਕਰ ਦਿੱਤੇ ਗਏ ਸੀ ਉਹ ਦੁਬਾਰਾ ਪਰਿਵਾਰ ਦੇ ਸਾਰੇ ਜੀ ਜਿਹੜੇ ਹੈਗੇ ਆ ਬੈਠ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇਹ ਸੈਕੰਡ ਵੇਵ ਸੀਗੀ ਨਾਲ ਸਾਹਿਬ ਉਹ ਪੀਕ ਕਰ ਚੁੱਕੀ ਹੈਗੀ ਆ ਹੁਣ ਸਾਡੇ ਕੇਸਿਸ 10,000 ਤੋਂ 4,000 ਤੇ ਆ ਗਏ ਹੈਗੇ ਆ ਡੈਥਸ ਵੀ ਜਿਹੜੀਆਂ ਹੈਗੀਆਂ ਮੌਤਾਂ ਵੀ ਹੈਗੀਆਂ ਉਹ ਵੀ ਲਗਾਤਾਰ ਘੱਟ ਰਹੀਆਂ ਹੈਗੀਆਂ ਜੀ 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 ਇਸ ਤੋਂ ਇਲਾਵਾ ਜਿਹੜੀਆਂ ਦੁਕਾਨਾਂ ਖੋਲਣੀਆਂ ਜਿਹੜੀਆਂ ਹੋਰ ਸੀਗੀਆਂ ਉਹ ਉਹਦੇ ਵਿੱਚ ਅਲਾਊਡ ਕਰ ਦਿੱਤੀਆਂ ਜਿਵੇਂ ਰੈਸਟੋਰੈਂਟਸ ਪਹਿਲਾਂ ਬਿਲਕੁਲ ਹੀ ਨਹੀਂ ਸੀ ਹੁਣ ਦੁਪਹਿਰ ਦਾ ਸਮਾਂ ਕਿਉਂਕਿ ਵੱਧ ਗਿਆ 3-4 ਵਜੇ ਤੱਕ ਤਾਂ ਜਿਹੜੇ ਰੈਸਟੋਰੈਂਟਸ ਵਗੈਰਾ ਇਹ ਟੇਕਵੇ ਆਪਣਾ ਡਿਲੀਵਰੀ ਤਾਂ ਕਰ ਹੀ ਰਹੇ ਸੀ ਪਰ ਆਹ ਵੀ ਹੁਣ ਉਹਨਾਂ ਨੂੰ ਇੱਕ ਸ਼ੁਰੂਆਤ ਹੋ ਜੂਗੀ ਸੋ ਕੋਸ਼ਿਸ਼ਾਂ ਇਹੀ ਜਾਰੀ ਹੈਗੀਆਂ ਜੀ ਕਿ ਜਿਹੜਾ 10 ਜੂਨ ਤੱਕ ਅਜੇ ਵੀ ਇੱਕ ਵਾਰੀ ਪੂਰਾ ਵੇਵ ਨੂੰ ਫਲੈਟਨ ਕਰ ਦਈਏ ਜੀ ਜੀ ਜਮਾਂ ਜਿਹਨੂੰ ਕਹਿ ਲਓ ਵੀ ਚਲੇ ਜਾਣ ਕੇਸਿਸ ਕਿਉਂਕਿ ਹੁਣ ਨਾਲ ਦੀ ਨਾਲ ਇਹਦੀ ਵੀ ਤਿਆਰੀ ਕਰਨੀ ਪੈਣੀ ਹੈ ਨਾਲ ਸਾਹਿਬ ਕਿ ਇੱਕ ਤੀਜੀ ਵੇਵ ਆਉਣ ਬਾਰੇ ਵੀ ਚਰਚੇ ਸ਼ੁਰੂ ਹੋ ਗਏ ਆ ਚਰਚੇ ਸ਼ੁਰੂ ਹੋ ਗਏ ਜੀ ਕਿਹਾ ਜਾ ਰਿਹਾ ਕਿ ਉਹ ਅੱਛਾ ਨਾਲ ਦੀ ਨਾਲ ਵੈਕਸੀਨ ਦੀ ਜਿਹੜੀ ਕਮੀ ਹੈ ਉਹਨੂੰ ਕਿਵੇਂ ਪੂਰਾ ਕਰਨਾ ਹੈ ਉਹਦੇ ਲਈ ਦੁਹਾਈ ਚੱਲ ਰਹੀ ਹੈ ਜੀ ਕੋਵਾ ਸ਼ੀਲਡ ਕੋਵਾ ਵੈਕਸ ਇਹ 2 ਜਿਹੜੀਆਂ ਸੀਗੀਆਂ ਇਹ ਜ਼ਿਆਦਾ ਤੌਰ ਤੇ ਪੰਜਾਬ ਵਿੱਚ ਲੱਗੀਆਂ ਹੁਣ ਕਮੀ ਦੋਨਾਂ 'ਚ ਆ ਰਹੀ ਹੈ ਸੈਕਿੰਡ ਸ਼ਾਟ ਜਿਹੜਾ ਲੱਗਣਾ ਉਹਦੇ ਵਿੱਚ ਲੋਕਾਂ ਦਾ ਅਕਸਰ ਇਹ ਸਵਾਲ ਹੁੰਦਾ ਕਿ ਜੀ ਹੁਣ ਮੈਂ ਪਹਿਲਾਂ ਕੋਵਾ ਸ਼ੀਲਡ ਲਵਾਈ ਸੀ ਅੱਗੇ ਕੋਵਾ ਸ਼ੀਲਡ ਲਵਾਉਣੀ ਹੈ ਕਿ ਹੁਣ ਮੈਂ ਕੋਵਾ ਵੈਕਸ ਲਵਾ ਸਕਦਾ ਪਹਿਲਾਂ 1 ਮਹੀਨਾ ਸਮਾਂ ਦਿੱਤਾ ਗਿਆ ਸੀ ਫਿਰ ਉਹ ਵਧਾ ਕੇ 4 ਹਫ਼ਤੇ ਕੇਂਦਰ ਸਰਕਾਰ ਨੇ ਆਖਿਆ ਹੁਣ ਉਹ 8 ਹਫ਼ਤੇ ਕਹਿ ਰਹੇ ਆ ਕੋਵਾ ਸ਼ੀਲਡ ਲਈ ਕੋਵਾ ਵੈਕਸ ਦੀ ਉਹ ਕਹਿ ਰਿਹਾ ਭਾਵੇਂ 5 ਹਫ਼ਤਿਆਂ ਬਾਅਦ ਲਵਾ ਲਓ ਇੱਕ ਕਿਸਮ ਦੀ ਇਨਫੋਰਮੇਸ਼ਨ ਆਮ ਲੋਕਾਂ ਤੱਕ ਪਹੁੰਚਾਉਣੀ ਉਹ ਪਹਿਲਾਂ ਹੀ ਬੜੇ ਟੀਕਿਆਂ ਤੋਂ ਡਰਦੇ ਆ ਘਬਰਾਹਟ ਹੈ ਉਸ ਤੋਂ ਬਾਅਦ ਇਸ ਕਿਸਮ ਦੀ ਇਨਫੋਰਮੇਸ਼ਨ ਉਹਨਾਂ ਨੂੰ ਇਸ ਤਰੀਕੇ ਨਾਲ ਪਹੁੰਚਾਉਣੀ ਤਾਂ ਕਿ ਘਬਰਾਹਟ ਨਾ ਕਿਤੇ ਵੱਜੇ ਇਹ ਵੀ ਪੰਜਾਬ ਸਰਕਾਰ ਦੀ ਇੱਕ ਜ਼ਿੰਮੇਵਾਰੀ ਦਾ ਹਿੱਸਾ ਹੈਗਾ ਸਰ ਜੀ 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 ਜਿਹੜੀ ਸਾਡੀ ਹੈਲਥ ਡਿਪਾਰਟਮੈਂਟ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਹੈਲਥ ਸੈਕਟਰੀ ਤੋਂ ਲੈ ਕੇ ਹੈਲਥ ਮਿਨਿਸਟਰ ਤੋਂ ਲੈ ਕੇ ਸਾਰਾ ਹੈਲਥ ਸਟਾਫ ਜਿਹੜਾ ਹੈਗਾ ਇਸ ਕੰਮ ਵਿੱਚ ਬੜੀ ਜਜ਼ਬੇ ਨਾਲ ਰੁੱਝਿਆ ਹੋਇਆ ਹੈ ਜੀ ਸੰਤ ਸਾਹਿਬ ਆਪਣੇ ਨਾਲ ਨਾ ਇੱਕ ਕਾਲਰ ਜੁੜ ਗਿਆ ਉਹਨਾਂ ਦੀ ਕਾਲ ਲੈ ਕੇ ਤਾਂ ਆਪਾਂ ਕੰਟੀਨਿਊ ਕਰਦੇ ਹਾਂ ਜੀ ਅਟਵਾਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਆਪਣੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਜੁੜੇ ਹੋਏ ਕੀ ਕੁਐਸਚਨ ਹੈ ਤੁਹਾਡਾ ਉਹਨਾਂ ਤੋਂ ਹਾਂਜੀ ਸ਼ੁਕਰੀਆ ਗੁਰਲਾਲ ਜੀ ਤੇ ਸੰਦੀਪ ਸਿੰਘ ਜੀ ਬਹੁਤ ਤੁਹਾਡਾ ਸ਼ੁਕਰੀਆ ਸਾਡੇ ਨਾਲ ਜੁੜਨ ਦਾ ਤੇ ਸਾਨੂੰ ਇਨਫੋਰਮੇਸ਼ਨ ਦੇਣ ਦਾ ਸੋ ਇੱਕ ਭਾਜੀ ਬੇਨਤੀ ਹੈ ਜੀ ਜਿੱਦਾਂ ਵੈਕਸੀਨੇਸ਼ਨ ਵਾਸਤੇ ਸੂਬਾ ਗਵਰਨਮੈਂਟ ਨੇ ਬਹੁਤ ਵਧੀਆ ਉਪਰਾਲਾ ਕੀਤਾ ਫਾਈਜ਼ਰ ਮੈਡਰਨਾ ਜੌਨਸਨ ਐਂਡ ਜੌਨਸਨ ਨੂੰ ਰੀਚ ਆਊਟ ਕੀਤਾ ਪਰ ਇੱਕ ਮਿਸਇਨਫੋਰਮੇਸ਼ਨ ਬਹੁਤ ਆ ਜੀ ਜਿਹੜੇ ਪੰਜਾਬ ਦੇ ਵਿੱਚ ਵਸਨੀਕ ਨੇ ਸੋਸ਼ਲ ਮੀਡੀਆ ਚਲੋ ਇੱਕ ਉਹਦੇ ਚੰਗੇ ਐਸਪੈਕਟ ਹੈ ਬਟ ਮਾੜੀ ਚੀਜ਼ ਇਹ ਹੈ ਕਿ ਮਿਸਇਨਫੋਰਮੇਸ਼ਨ ਰਿਊਮਰ ਸਪਰੈਡ ਹੋ ਰਹੀਆਂ ਸੋ ਉਹਦੇ ਵਾਸਤੇ ਤੁਹਾਡਾ ਕੀ ਮੈਸੇਜ ਆ ਤੇ ਜਿਹਨਾਂ ਨੇ ਵੈਸਟਰਨ ਕੰਟਰੀਜ਼ ਦੇ ਵਿੱਚ ਜਾਂ ਡਿਵੈਲਪ ਕੰਟਰੀਜ਼ ਦੇ ਵਿੱਚ ਇੰਜੈਕਸ਼ਨ ਲਵਾ ਲਏ ਆ ਉਹ ਇਸਦੇ ਵਾਸਤੇ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਆ ਕਿ ਰਾਈਟ ਮੈਸੇਜ ਜਾਵੇ ਜਿਹੜੇ ਲੋੜਵੰਦ ਆ ਉਹ ਆਪਣੀ ਵੈਕਸੀਨੇਸ਼ਨ ਲਵਾਉਣ ਜੀ ਜੀ ਬਹੁਤ ਬਹੁਤ ਧੰਨਵਾਦ ਟਵਾਲ ਸਾਹਿਬ ਤੁਸੀਂ ਕਾਲ ਕੀਤੀ ਹੋ ਜਵਾਬ ਸੁਣੋ ਉਹਨਾਂ ਦਾ ਜੀ ਸ਼ੁਕਰੀਆ ਸਾਹਿਬ ਦਾ ਬੜਾ ਸੰਧੂ ਸਾਹਿਬ ਇਹ ਸਾਡੇ ਸਿਟੀ ਆਫ ਟਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ ਸਰਦਾਰ ਗੁਰਤੇਜ ਸਿੰਘ ਅਟਵਾਲ ਸਾਡੇ ਨਾਲ ਗੱਲ ਕਰਦੇ ਰਹਿੰਦੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬੜਾ ਇੰਪੋਰਟੈਂਟ ਸਵਾਲ ਹੈ ਸਰ ਔਰ ਮੇਰੇ ਹਿਸਾਬ ਦੇ ਨਾਲ NRIs ਬੜੇ ਸਟਰੋਂਗਲੀ ਕੰਟਰੀਬਿਊਟ ਕਰ ਸਕਦੇ ਆ ਜੀ ਉਹਦਾ ਮੈਂ ਕਾਰਨ ਦੱਸਦਾ ਬਨਾਲ ਸਾਹਿਬ ਕੋਈ ਇਹੋ ਜਿਹਾ ਪਿੰਡ ਨਹੀਂ ਪੂਰੇ ਪੰਜਾਬ ਜਿੱਥੋਂ ਕੋਈ ਪਰਿਵਾਰ ਜਾਂ ਕੋਈ ਪਿੰਡ ਦਾ ਵਸਨੀਕ ਬਾਹਰ ਨਾ ਬੈਠਾ ਹੋਵੇ ਜੀ ਜੀ ਔਰ ਉਹਨਾਂ ਵਿੱਚੋਂ ਤਕਰੀਬਨ 60% ਤੋਂ ਉੱਤੇ ਜਾਂ 65% ਤੋਂ ਉੱਤੇ ਉਹ ਇਹੋ ਜਿਹੇ ਦੇਸ਼ਾਂ 'ਚ ਬੈਠੇ ਆ ਜਿਹਨਾਂ ਨੂੰ ਆਪਾਂ ਡਿਵੈਲਪਡ ਕੰਟਰੀਜ਼ ਕਹਿ ਸਕਦੇ ਹਾਂ ਕੈਨੇਡਾ ਅਮੈਰੀਕਾ ਇੰਗਲੈਂਡ ਹੋਲ ਆਫ ਯੂਰਪ ਠੀਕ ਹੈ ਜੀ
ਸੋ ਈਵਨ ਮਿਡਲ ਈਸਟ ਦੇ ਵਿੱਚ ਵੀ ਕਈ ਥਾਵਾਂ ਤੇ ਅੱਛੀ ਜਗ੍ਹਾ ਜਿੱਥੇ ਉਹ ਬੈਠੇ ਹੈਗੇ ਆ ਜੀ 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 ਬਹੁਤ ਜ਼ਰੂਰੀ ਹੈ ਉਹਨਾਂ ਦਾ ਘਰੇ ਆਪਦੇ ਜਿਹੜੇ ਉਹਨਾਂ ਦੀ ਘਰ ਬਾਰ ਦੀ ਰਾਖੀ ਕਰ ਰਹੇ ਆ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਪੁੱਛਣ ਵੀ ਬਈ ਤੁਸੀਂ ਟੀਕਾ ਲਵਾ ਲਿਆ ਕਿਉਂ ਨਹੀਂ ਲਵਾ ਰਹੇ ਜੀ ਔਰ ਉਹਨਾਂ ਦੇ ਜ਼ਰੀਏ ਹੀ ਰੀਚ ਆਊਟ ਕਰਨ ਕਿ ਜਿੰਨੇ NRIs ਹੈਗੇ ਆ ਤਕਰੀਬਨ ਜਿਹੜੇ ਪਿੰਡਾਂ ਦੇ ਸਰਪੰਚ ਹੈ ਬਿਕੋਜ਼ ਬਹੁਤ ਮਾਲੀ ਸਹਾਇਤਾ ਕਰਦੇ ਆ NRIs ਆਪਦੇ ਪਿੰਡਾਂ ਵਿੱਚ ਜੇ ਉਹ ਭਾਵੇਂ ਗੁਰਦੁਆਰਾ ਕਮੇਟੀ ਹੋਵੇ ਭਾਵੇਂ ਸੀਵਰੇਜ ਕਮੇਟੀ ਬਣ ਜਾਵੇ ਜਿਹੜੀ ਵੀ ਬਣ ਗਈ ਤੇ ਜਿੱਥੇ ਉਹਨਾਂ ਨੂੰ ਕਹਿਤਾ ਵੀ ਆਪਦੀ ਦਸਾਂ ਨੌਂ ਦੀ ਕਿਰਤ ਵਿੱਚੋਂ ਪੈਸੇ ਭੇਜੋ NRI ਬਾਹਲਾ ਝਿਜਕਦਾ ਨਹੀਂ ਹੈਗਾ ਆਪਦੀ ਨੇਕ ਕਮਾਈ ਵਿੱਚੋਂ ਆਪਦੀ ਪੂੰਜੀ ਵਿੱਚੋਂ ਉੱਥੇ ਜਿਹੜੀ ਆਪਦੇ ਵੱਲੋਂ ਉਹਨਾਂ ਨੂੰ ਡਿਊਟੀ ਲਾਈ ਗਈ ਹੈਗੀ ਆ ਉਹ ਨਿਭਾਉਣ ਵਿੱਚ ਜ਼ਰੂਰੀ ਹੈ ਕਿ ਉਹ ਵੀ ਪੰਚਾਇਤਾਂ ਤੱਕ ਪਹੁੰਚ ਕੇ ਦੱਸ ਸਕਣ ਕਿ ਅਸੀਂ ਡਿਵੈਲਪ ਕੰਟਰੀ 'ਚ ਬੈਠਿਆ ਇੰਜੈਕਸ਼ਨ ਲਵਾ ਲਿਆ ਅਸੀਂ ਜਿਉਂਦੇ ਵੱਸਦੇ ਹਾਂ ਇਸ ਇੰਜੈਕਸ਼ਨ ਨਾਲ ਨੁਕਸਾਨ ਘੱਟ ਹੈ ਫਾਇਦੇ ਬਹੁਤ ਹੈ ਔਰ ਤੁਸੀਂ ਵੱਧ ਚੜ੍ਹ ਕੇ ਜਿਹੜੀ ਸਰਕਾਰ ਕੈਂਪ ਲਾ ਰਹੀ ਹੈ ਪਿੰਡਾਂ ਵਿੱਚ ਬਲਾਕਾਂ ਵਿੱਚ ਉਹਦੇ ਵਿੱਚ ਜਾ ਕੇ ਇੰਜੈਕਸ਼ਨ ਲਗਵਾਓ ਔਰ ਕਾਫੀ ਹੱਦ ਤੱਕ ਅਵੇਅਰਨੈਸ ਆਈ ਵੀ ਹੈ ਪਨਾਲ ਸਾਹਿਬ ਬਟ ਜਦੋਂ NRI ਪਰਿਵਾਰ ਸਾਡਾ ਜਿਹੜਾ ਪੰਜਾਬ ਦਾ NRI ਪਰਿਵਾਰ ਹੈ ਜਦੋਂ ਉਹ ਇਸ ਦੇਖੋ ਵੋਟ ਪਾਉਣ ਵੇਲੇ ਕਿਤੇ ਭਰੋਸਾ ਕਰਦੇ ਆ ਪਿੰਡਾਂ ਵਾਲੇ ਬਹੁਤ ਹੱਦ ਤੱਕ NRI ਜਿਹੜੇ ਉਹਨਾਂ ਵੱਲੋਂ ਫੀਡਬੈਕ ਆਉਂਦੀ ਹੈ ਉਸ ਤੇ ਕਰਦੇ ਆ ਜੀ ਸੋ ਇਹ ਇਹ ਇੱਕ ਰਿਸ਼ਤਾ ਇੱਕ ਇਹੋ ਜਿਹੀ ਕੜੀ ਹੈ NRI ਦੀ ਤੇ ਜਿਹੜੇ ਦੇ ਇੱਥੇ ਆਪਾਂ ਬੈਠੇ ਹਾਂ ਸਾਡੀ ਇਹ ਕੜੀ ਦੇ ਵਿੱਚ ਉਹ ਦੇਖੋ ਇੱਕ ਕੜੀ ਮੈਂ ਇਗਜ਼ਾਮਪਲ ਕਈ ਵਾਰੀ ਦੇ ਬੈਠਦਾ ਉਹਨਾਂ ਵੀ ਜੇ ਆਪਾਂ ਸੰਗਲ ਦੇਖੀਏ ਇੱਕ ਕੜੀ ਉਹਦੇ ਵੱਲ ਹੁੰਦੀ ਜਿੱਥੇ ਕਿੱਲਾ ਹੁੰਦਾ ਅਤੇ ਇੱਕ ਧੌਣ ਵਾਲੇ ਪਾਸੇ ਹੁੰਦੀ ਹੈ ਉਹ ਜਿਹੜੀਆਂ ਕੜੀਆਂ ਕਿੱਲੇ ਅਤੇ ਧੌਣ ਵਾਲੇ ਪਾਸੇ ਹੁੰਦੀਆਂ ਬੜੀਆਂ ਸਟਰੋਂਗ ਹੁੰਦੀਆਂ ਜੀ ਉਹੀ NRI ਉਸ ਕੜੀ ਦੇ ਵਿੱਚ ਉਹ ਹਿੱਸਾ ਹਨ ਔਰ ਬਹੁਤ ਵੱਡਾ ਰੋਲ ਨਿਭਾ ਸਕਦੇ ਆ ਕਾਇੰਡਲੀ ਜੇ ਇਸ ਕਿਸਮ ਦੇ ਮੈਸੇਜਿਸ ਉਹ ਆਪਦੇ ਪਿੰਡਾਂ 'ਚ ਕਰ ਦੇਣਗੇ ਮੇਰੇ ਖਿਆਲ ਦੇ ਨਾਲ ਬਹੁਤ ਲੋਕ ਅੱਗੇ ਆ ਕੇ ਇਹ ਜਿਹੜੇ ਇੰਜੈਕਸ਼ਨ ਹੈਗੇ ਆ ਲਵਾਉਣ ਵਿੱਚ ਦਿਲਚਸਪੀ ਦਿਖਾਉਣਗੇ ਜੀ ਜੀ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਗਏ ਹਾਂਜੀ ਸਵਾਗਤ ਜੀ ਡਾਕਟਰ ਪੰਨੂ ਤੁਹਾਡਾ ਬਹੁਤ ਬਹੁਤ ਸਵਾਗਤ ਕੈਪਟਨ ਸੰਦੀਪ ਸੰਧੂ ਆਪਣੇ ਨਾਲ ਨੇ ਜੀ ਕੀ ਕੁਐਸਚਨ ਹੈ ਤੁਹਾਡਾ ਡਾਕਟਰ ਪੰਨੂ ਤੁਸੀਂ ਔਨ ਏਅਰ ਹੋ ਜੀ ਜੀ ਅੱਜ ਸਾਡੇ ਮਹਿਮਾਨ ਕੈਪਟਨ ਸੰਦੀਪ ਸੰਧੂ ਜੀ ਹਾਂਜੀ ਹਾਂਜੀ ਕੈਪਟਨ ਸੰਦੀਪ ਸਿੰਘ ਸੰਧੂ ਹੈ ਜੀ ਆਪਣੇ ਨਾਲ ਡਾਕਟਰ ਪੰਨੂ ਔਨ ਏਅਰ ਹੋ ਜੀ ਤੁਸੀਂ ਕੁਐਸਚਨ ਪੁੱਛੋ ਕੋਈ ਪੁੱਛਣਾ ਤਾਂ ਜੀ ਸੰਧੂ ਸਾਹਿਬ ਨੂੰ ਅਸੀਂ ਇਹੀ ਪੁੱਛਣਾ ਚਾਹਾਂਗੇ ਕਿ ਪੰਜਾਬ ਦੀ ਜਨਤਾ ਦੇ ਇਸ ਟਾਈਮ ਮੈਡੀਕਲ ਫੈਸਿਲਿਟੀ ਦਵਾਈਆਂ ਦਾ ਔਰ ਡਾਕਟਰਸ ਦਾ ਮੋਰਲ ਅਪ ਕਰਨਾ ਔਰ ਆਮ ਜਨਤਾ ਵਾਸਤੇ ਐਜੂਕੇਸ਼ਨ ਦਾ ਇਨਫਰਾਸਟ੍ਰਕਚਰ ਬਹੁਤ ਵੱਡੇ ਚੈਲੇਂਜ ਨੇ ਪੰਜਾਬ ਗੌਰਮੈਂਟ ਦੇ ਸਾਹਮਣੇ ਕਿੱਦਾਂ ਗੌਰਮੈਂਟ ਇਸ ਦਾ ਸਾਹਮਣਾ ਕਰੇਗੀ ਔਰ ਕਿੱਦਾਂ ਇਸ ਲਈ ਤਿਆਰ ਨੇ ਔਰ ਕੀ ਕਹਿਣਾ ਚਾਹੁੰਦੇ ਨੇ ਕੈਪਟਨ ਸੰਧੂ ਸਾਹਿਬ ਠੀਕ ਹੈ ਡਾਕਟਰ ਪੰਨੂ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਅਪਨਾਲ ਸਾਹਿਬ ਇਹ ਬੜਾ ਇੰਪੋਰਟੈਂਟ ਸਵਾਲ ਹੈ ਡਾਕਟਰ ਪੰਨੂ ਵੱਲੋਂ ਮੈਂ ਪਹਿਲਾਂ ਦਾ ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਜੀ ਵਿਸ਼ਾਲ ਦਾਇਰੇ ਵਾਲਾ ਸਵਾਲ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਠੇਕੇ ਖੋਲ੍ਹਣ ਬਾਰੇ ਐਲਾਨ ਕਰਤਾ ਤਾਂ ਉਸ ਐਲਾਨ ਨੂੰ ਬਹੁਤ ਲੋਕਾਂ ਨੇ ਨੁਕਤਾਚੀਨੀ ਕੀਤੀ ਜੀ ਐਲਾਨ ਦੇ ਪਿੱਛੇ ਮਕਸਦ ਕੋਈ ਠੇਕੇਦਾਰਾਂ ਨੂੰ ਜਾਂ ਕਿਸੇ ਨੂੰ ਉਹ ਪਹੁੰਚਾਉਣ ਦਾ ਨਹੀਂ ਸੀਗਾ ਮਕਸਦ ਇਹੀ ਸੀਗਾ ਕਿ ਜਿਹੜਾ ਰੈਵਨਿਊ ਆਉਣਾ ਹੈ ਜਿੰਨਾ ਵੀ ਸਰਕਾਰ ਪੈਸਾ ਇਕੱਠਾ ਕਰ ਸਕਦੀ ਹੈ ਲੋਕਡਾਊਨ ਲਾ ਲਾ ਕੇ ਵੀ ਕਿਉਂਕਿ GST ਸਰਕਾਰ ਜਿਹੜੀ ਹੈਗੀ ਆ ਅੱਜ ਦੇ 2 ਸਾਲ ਹੋ ਗਏ ਪਨਾਲ ਸਾਹਿਬ ਹਜੇ ਤੱਕ ਕੇਂਦਰ ਸਰਕਾਰ ਨੇ ਸਾਨੂੰ ਸਾਡੀ ਬੰਦ ਦਾ ਜਿਹੜਾ GST ਦੀ ਕਿਸ਼ਤ ਹੈ ਸਾਡੀ ਉਹ ਨਹੀਂ ਪਹੁੰਚਾਈ ਸਾਡਾ ਹੈਗਾ ਮਤਲਬ ਫਿਰ ਮੈਂ ਉਸ ਪਾਸੇ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਫਿਰ ਉਹ ਨੁਕਤਾਚੀਨੀ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ ਜੀ ਉੱਤੇ ਫਿਰ ਹੋਰ ਕੁਐਸਚਨ ਖੜੇ ਹੋ ਜਾਂਦੇ ਜੀ ਐਗਜੈਕਟਲੀ ਸੋ ਰੈਵਨਿਊ ਇਕੱਠਾ ਕਰਨ ਦੀ ਜਿੰਨੀ ਕੋਸ਼ਿਸ਼ ਹੈਗੀ ਔਰ ਉਸ ਉਹਦਾ ਜਿਹੜਾ 1000 ਕਰੋੜ ਰੁਪਇਆ ਜਿਹੜਾ ਹੈਗਾ ਆਲਰੇਡੀ ਪਿਛਲੇ ਬਜਟ ਵਿੱਚ ਅਤੇ 2000 ਕਰੋੜ ਰੁਪਇਆ ਇਸ ਵਾਰ ਜਿਹੜਾ ਹੈਗਾ ਸਿਰਫ ਇਹ ਕਰੋਨਾ ਬਿਮਾਰੀ ਨੂੰ ਜਿਹੜੀਆਂ ਇਨਫੋਰਮੇਸ਼ਨਾਂ ਪਹੁੰਚਾਉਣੀਆਂ ਭਾਵੇਂ ਪਬਲਿਕ ਰਿਲੇਸ਼ਨ ਦੇ ਜ਼ਰੀਏ ਜਾਂ ਜਿਹਦੀ ਉਹਦੇ ਲਈ ਆਕਸੀਜਨ ਤਿਆਰ ਕਰਨੀ ਮੇਕਸ਼ਿਫਟ ਹੋਸਪਿਟਲ ਤਿਆਰ ਕਰਨੇ ਲੈਵਲ 1 ਲੈਵਲ 2 ਲੈਵਲ 3 ਦੀ ਪ੍ਰਪੇਅਰਨੈਸ ਵੈਂਟੀਲੇਟਰ ਤੱਕ ਕਰਨੀ ਉਹ ਸਾਰੇ ਉਸ ਦਾ ਹਿੱਸਾ ਹੈਗੇ ਆ ਜਿਹੜਾ ਸਵਾਲ ਡਾਕਟਰ ਪੰਨੂ ਨੇ ਪੁੱਛਿਆ ਬੜੀ ਔਖੇ ਹਾਲਾਤ ਹੈ ਫਾਈਨੈਂਸ਼ੀਅਲ ਪੰਜਾਬ ਦੇ ਪਰ ਜਿਹਨੂੰ ਕਹਿ ਲਓ ਬਾਕੀ ਸਾਰੀਆਂ ਚੀਜ਼ਾਂ ਰੋਕ ਕੇ ਜਿਹੜੀ ਪੈਸੇ ਹੈਗੇ ਆ ਉਹ ਇੱਧਰ ਹੀ ਖਰਚਣ ਕਰਨ ਦੀ ਜਿਹੜੀ ਸੋਚ ਹੈਗੀ ਆ ਉਹ ਹੈਗੀ ਆ ਔਰ ਉਸ ਨੂੰ ਲੈ ਕੇ 0 ਜਿਹਨੂੰ ਕਹਿ ਲਓ ਟੋਲਰੈਂਸ ਹੈਗੀ ਆ ਜੋ ਚੀਜ਼ ਚਾਹੀਦੀ ਹੈ ਜੋ ਹੈਲਥ ਮਿਨਿਸਟਰੀ ਮੰਗ ਰਹੀ ਹੈ ਜੋ ਇਸ ਕਿਸਮ ਦੀ ਉਹਨਾਂ ਨੂੰ ਜ਼ਰੂਰਤ ਹੈ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਹੈਗੇ ਜਿਹੜੀ ਸਾਡੀ ਫਾਈਨਾਂਸ ਡਿਪਾਰਟਮੈਂਟ ਹੈਗੀ ਆ ਮੁੱਖ ਮੰਤਰੀ ਸਾਹਿਬ ਦੀ ਰਹਿਨੁਮਾਈ ਹੇਠ
ਮਨਪ੍ਰੀਤ ਸਿੰਘ ਬਾਦਲ ਸਦਾ ਬਲਬੀਰ ਸਿੰਘ ਸਿੱਧੂ ਔਰ ਸਾਰੇ ਜੋ ਜ਼ਰੂਰਤ ਹੈਗੀ ਹੈ ਉਸ ਲਈ ਉਹ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। जी जी संधू साहब तुसीं बहुत सोहना इलैबरेट किया, आपां नूं रुकना पै रहा सिर्फ एक मिनट की ब्रेक लई, लास्ट ब्रेक है। दर्शकों आपणे नाल जुड़े हुए हैं कैप्टन संदीप सिंह संधू, आपां नूं रुकना पै रहा एक छोटी जी ब्रेक लई। इसे तरह बने रहो जस पंजाबी ते। स्वागत जी तुहाडा सारयां दा फेयर प्रोग्राम ओपन प्लेटफॉर्म जस पंजाबी दे मंच तों। साडे नाल जुड़े हुए ने कैप्टन संदीप सिंह संधू। संधू साहब आपां बहुत गल्लां कर रहियां, हुण आपां एक होर जिहड़ा मैं हुण तक एक किसी पार्टी विशेष या किसी संप्रदाय दे प्रति नहीं गल कीती, पर एक जो इत्थे क्वेश्चन है बहुत तुसीं क्विक उहदा आंसर देना। अपने नाल दो कॉलर भी जुड़ गए, एक सरदार साहब ने तुहाडे पार्टी दे, कदे पटियाले आ जांदे कदे अमृतसर साहब चले जांदे आ, वह क्रिकेटर भी ने ते वह चलो कॉमेडी शो भी करदे, उहनां दा धंधा पहुँच कोई वह नहीं करदे और बड़ी फैन फॉलोइंग है। असीं चाहुंदे हाँ सारे इत्थे जिहड़े उहनां दे फैन फॉलोइंग सारे चाहुंदे कि जुड़ के रहन। कैप्टन साहब ने सीएम साहब ने बड़ी कोशिश की लंच डिनर कित ना कि कोई एक प्लेटफॉर्म पर आ जाइए असीं, पर की कारण है कि वह गल बन नहीं रही, की गल है जी? आवाज आ रही है संसा? सर विच स्क्रीन हैंग हो गया सी। नहीं सर दोबारा सवाल पूछो लास्ट। मेरा सीधा जो सवाल है क्योंकि अपन को टाइम ज्यादा नहीं है, अपने नो एक डॉक्टर बाजवा जुड़ गए, उन्होंने एक क्वेश्चन लेके आगे बढ़ते हैं। जी बाजवा साहब ਤੁਸੀਂ ਔਨ 에ਅਰ ਹੋ ਜੀ, ਕੈਪਟਨ ਸੰਧੂ ਆਪਣੇ ਨਾਲ ਜੁੜੇ ਹੋਏ ਨੇ। ਹਾਂਜੀ ਸਤਿ ਸ੍ਰੀ ਅਕਾਲ ਗੁਰਲਾਲ ਜੀ। ਸਤਿ ਸ੍ਰੀ ਅਕਾਲ ਜੀ। ਔਰ ਸਤਿ ਸ੍ਰੀ ਅਕਾਲ ਆਪਣੇ ਸੰਦੀਪ ਸਿੰਘ ਸੰਧੂ ਜੀ ਨੂੰ। ਮੇਰੇ ਦੋ ਸਵਾਲ ਹੈ ਸਰ। ਸਤਿ ਸ੍ਰੀ ਅਕਾਲ ਜੀ। ਪਹਿਲਾ ਤਾਂ ਇਹ ਹੈ ਬਈ ਸੰਧੂ ਸਾਹਿਬ ਨੇ ਕਿਹਾ ਵੀ US ਦੇ ਵਿੱਚ ਵੀ ਡਰੱਗਸ ਹੈਗੀਆਂ ਜੀ, ਹੈਗੀਆਂ ਬਿਲਕੁਲ ਹੈਗੀਆਂ, ਇਹਨਾਂ ਦੀ ਗੱਲ ਦਰੁਸਤ ਹੈ ਜੀ। ਪਰ ਮੇਰਾ ਇੱਥੋਂ ਸਵਾਲ ਇਹ ਆਉਂਦਾ ਜੀ ਵੀ ਮੈਨੂੰ ਬੜਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ, ਘੱਟੋ ਘੱਟ 40 ਸਾਲ ਹੋ ਗਏ। ਮੈਂ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ, ਇੱਕ ਨੂੰ ਜਾਂ ਦੂਜੀ ਨੂੰ, ਇੱਕ ਦੂਜੇ 'ਤੇ ਕਦੀ ਉਹ ਬਲੇਮ ਨਹੀਂ ਕਰਦੇ ਡਰੱਗਸ ਦੇ, ਉਹ ਜੀ ਪਹਿਲੀ ਗੌਰਮੈਂਟ ਛੱਡ ਗਈ, ਉਹਨਾਂ ਨੇ ਕੁਛ ਨਹੀਂ ਕੀਤਾ, ਅਸੀਂ ਉਹਨਾਂ ਦੇ ਨੂੰ ਫੜ ਸਕੇ, ਜਦੋਂ ਦੂਜੀ ਆਏਗੀ ਉਦੋਂ ਕਹਿਣਗੇ ਜੀ ਇਹਨਾਂ ਨੇ ਕੁਛ ਨਹੀਂ ਕੀਤਾ। ਸੋ ਇੱਕ ਤਾਂ ਮੈਂ ਸੰਧੂ ਸਾਹਿਬ ਨੂੰ ਇਹ ਪੁੱਛਦਾ ਵੀ ਇਹ ਸਿਆਸਤ 'ਚ ਇਹ ਕਿਉਂ ਹੋ ਰਿਹਾ, ਕਿਉਂਕਿ ਇਹ ਲਾਅ ਇਨਫੋਰਸਮੈਂਟ ਦਾ ਕੰਮ ਹੈ, ਉਹਨਾਂ ਨੂੰ ਇੱਕ ਈਵਨ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ, ਪੋਲੀਟੀਸ਼ੀਅਨਸ ਇਹਦੇ ਵਿੱਚ ਇੱਕ ਦੂਜੇ ਨੂੰ ਬਲੇਮ ਕਰਦੇ ਆ ਇਹ। ਔਰ ਸੈਕਿੰਡ ਮੇਰਾ ਇਹਨਾਂ ਨੂੰ ਸਵਾਲ ਇਹ ਹੈ ਵੀ ਅਗਰ ਅਗਲੀ ਇਲੈਕਸ਼ਨ ਦੇ ਵਿੱਚ ਇਹ 2022 ਦੇ ਵਿੱਚ ਜੀ ਜੀ ਕੈਪਟਨ ਸੰਦੀਪ ਸਿੰਘ ਸੰਧੂ ਜੀ ਕਾਂਗਰਸ ਟਿਕਟ ਤੇ ਜੀ ਕਿਸੇ ਕਨਸਟੀਚੁਐਂਸੀ ਤੋਂ ਖੁਦ ਉਮੀਦਵਾਰ ਹੋਣ ਤੇ ਇਹ ਲੋਕਾਂ ਨੂੰ ਕੀ ਕਹਿ ਕੇ ਵੋਟ ਮੰਗਣਗੇ ਵੀ ਅਸੀਂ ਕੀ ਕੀ ਕੰਮ ਕੀਤੇ? ਸੋ ਇਹ ਹੈ ਜੀ ਮੇਰਾ ਸਵਾਲ ਜੀ। ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਹਾਂਜੀ ਗੁਲਾਲ ਜੀ ਮੈਂ ਜਵਾਬ ਦਿੰਦਾ। ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਸਵਾਲ ਕੀਤੇ। ਪਹਿਲੇ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਦੇਸ਼ ਵਿੱਚ ਤੁਸੀਂ 40 ਸਾਲਾਂ ਤੋਂ ਰਹਿ ਰਹੇ ਹੋ ਜੀ, ਉਸ ਦੇਸ਼ ਦੇ ਵਿੱਚ ਰਾਜਨੀਤੀ ਦਾ ਤਰੀਕਾ ਔਰ ਜਿਹੜੇ ਦੇਸ਼ 'ਚੋਂ ਤੁਸੀਂ ਆਏ ਹੋ ਔਰ ਜਿਹੜੇ ਰਾਜ 'ਚੋਂ ਤੁਸੀਂ ਆਏ ਹੋ ਉਸ ਵਿੱਚ ਰਾਜਨੀਤੀ ਦਾ ਤਰੀਕੇ ਦਾ ਬੜਾ ਫਰਕ ਹੈ ਜੀ। ਜਿਹੜੀ ਰਾਜਨੀਤੀ ਔਰ ਜਿਸ ਤਰੀਕੇ ਨਾਲ ਸਿਸਟਮ ਹੈਗਾ ਡੈਮੋਕ੍ਰੇਸੀ ਇਨ ਇੰਡੀਆ ਅਤੇ ਡੈਮੋਕ੍ਰੇਸੀ ਇਨ ਅਮੈਰੀਕਾ ਉਹਦੇ ਵਿੱਚ ਬੜਾ ਫਰਕ ਹੈ ਜੀ। ਕਿੱਥੇ ਆਪਾਂ ਨੂੰ ਉੱਥੇ ਚੀਫ ਮਿਨਿਸਟਰ ਅਤੇ ਮੰਤਰੀ ਹੂਟਰਾਂ ਲਾਲਾ ਦਿਖਦੇ ਹੈ, ਕਿੱਥੇ ਆਪਾਂ ਨੂੰ ਉੱਥੇ DGP ਅਤੇ DSP ਦੀ ਗੱਡੀਆਂ ਦੇ ਅੱਗੇ ਸਿਕਿਉਰਿਟੀਆਂ ਤੇ ਕੀ ਕੀ ਦੇਖੀਆਂ ਹੈਗੀਆਂ ਜੀ। ਮਤਲਬ ਇੱਕ ਇੱਕ ਵੱਖਰਾ ਇੱਕ ਇੱਕ ਇਵੋਲਵਿੰਗ ਨੇਸ਼ਨ ਹੈ, ਉਹ ਇੱਕ ਇਵੋਲਵਡ ਨੇਸ਼ਨ ਹੈਗੀ ਹੈ। ਸੋ ਇਹ ਫਰਕ ਹੋਣ ਕਰਕੇ ਇਹ ਇਹ ਜਿਹੜਾ ਹਾਂ ਸਵਾਲ ਸਹੀ ਹੈ ਕਿ ਇੱਕ ਇਨਫੋਰਸਮੈਂਟ ਏਜੰਸੀ ਦਾ ਕੰਮ ਹੈ, ਸਰਕਾਰਾਂ ਆਉਣ ਸਰਕਾਰਾਂ ਜਾਣ, ਉਹ ਆਪਦਾ ਕੰਮ ਡਿਸਪੈਸ਼ਨੇਟਲੀ ਇੰਪਾਰਸ਼ਲੀ ਕਰਦੀ ਰਹੇ ਔਰ ਆਪਦੀਆਂ ਸੇਵਾਵਾਂ ਜਿਹੜੀਆਂ ਉਹ ਲੋਕਾਂ ਪ੍ਰਤੀ ਉਵੇਂ ਨਿਭਾਵੇ। ਸੱਚਾਈ ਇਹ ਵੀ ਹੈ ਭਾਵੇਂ ਪੰਜਾਬ ਹੈ ਭਾਵੇਂ ਹਰਿਆਣਾ ਤੇ ਭਾਵੇਂ ਦੇਸ਼ ਦਾ ਸਾਡਾ ਕੋਈ ਵੀ ਸੂਬਾ, ਉਸਦੇ ਵਿੱਚ ਜਿਹੜੀ ਰਾਜਨੀਤੀ ਹੈਗੀ ਹੈ ਔਰ ਜਿਹੜੀ ਜਿਹੜਾ ਇਹ ਸੁਮੇਲ ਹੈਗਾ ਇਹ ਵੱਖਰੇ ਕਿਸਮ ਦਾ ਅਮੈਰੀਕਾ ਨਾਲੋਂ। ਦੂਜਾ ਸਵਾਲ ਸਾਹਿਬ ਮੈਂ ਬਾਈ ਇਲੈਕਸ਼ਨ ਲੜੀ ਸੀ, ਮੈਂ ਜ਼ਿੰਦਗੀ ਵਿੱਚ ਪਹਿਲੀ ਇਲੈਕਸ਼ਨ ਲੜੀ 2019 ਵਿੱਚ, ਲੜਾਈਆਂ ਜਿਹੜੀਆਂ ਇਲੈਕਸ਼ਨਾਂ ਲੜ ਰਹੀਆਂ ਉਹਦੇ ਵਿੱਚ ਮੈਂ ਹਮੇਸ਼ਾ ਯੋਗਦਾਨ ਪਾਇਆ, ਪਰ ਆਪ ਮੈਂ ਬਾਈ ਇਲੈਕਸ਼ਨ ਲੜੀ ਦਾਖਲਾ ਤੌਰ ਮੈਂ ਇਲੈਕਸ਼ਨ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਕੀਤੀ, ਮੈਂ ਇਲੈਕਸ਼ਨ ਹਾਰਿਆ, ਮੈਂ ਉੱਥੇ ਹੀ ਹਾਂ। ਹਾਰਨ ਤੋਂ ਬਾਅਦ ਵੀ ਮੈਂ ਦਾਖਲੇ ਵਿੱਚ ਹੀ ਹਾਂ ਔਰ ਮੇਰੀ ਕੋਸ਼ਿਸ਼ ਔਰ ਮੇਰੀ ਬੇਨਤੀ ਵੀ ਇਹੀ ਹੋਊਗੀ ਜਿਹੜੀ ਸਾਡੀ ਪਾਰਟੀ ਹੈਗੀ ਔਰ ਉਹਨਾਂ ਦੇ ਜਿਹੜੇ
ਉਹ ਮੁਖੀ ਹੈਗੇ ਆ ਜਿਨ੍ਹਾਂ ਨੇ ਇਹ ਸਮੇਂ ਤੋਂ ਇਹ ਚੀਜ਼ਾਂ ਐਲਾਨ ਕਰਨੀਆਂ ਕਿ ਮੈਂ ਉੱਥੇ ਇਲੈਕਸ਼ਨ ਲੜਾਂ ਤਾਂ ਮੈਂ ਕੈਪਟਨ ਸੰਦੀਪ ਸੰਧੂ ਨੇ ਜਦੋਂ ਲੋਕਾਂ ਕੋਲ ਜਾਣਾ ਜੀ ਜੀ ਤਾਂ ਉਹਨੇ ਜਿਹੜੀ ਪਾਰਟੀ ਨੇ 2017 ਵਿੱਚ ਆਪਦਾ ਮੈਨੀਫੈਸਟੋ ਲੈ ਕੇ ਆਏ ਸੀ ਕਿ ਜੀ ਸਾਡਾ ਮੈਨੀਫੈਸਟੋ ਵਿੱਚ ਅਸੀਂ ਤੁਹਾਡੇ ਨਾਲ ਆਹ ਵਾਅਦੇ ਕਰਦੇ ਜੀ ਅਤੇ ਆਹ ਅਸੀਂ ਵਾਅਦੇ ਜਿਹੜੇ ਹੈਗੇ ਆ 5 ਸਾਲ 'ਚ ਕੀਤੇ ਆ ਅਤੇ ਆਹ ਨਹੀਂ ਕੀਤੇ ਆ ਇਸ ਤੋਂ ਇਲਾਵਾ ਤੁਹਾਡੇ ਹਲਕੇ ਵਿੱਚ ਮੈਂ ਆਹ ਕੀਤਾ ਹੈਗਾ ਅਤੇ ਪਹਿਲਾਂ ਆਹ ਸੀਗਾ ਜੀ ਇਸ ਨੂੰ ਲੈ ਕੇ ਮੈਂ ਲੋਕਾਂ ਵਿੱਚ ਜਾਣਾ ਹਾਂ ਜਿਹੜਾ ਮੇਰਾ ਸਿਆਸੀ ਜਿਹੜਾ ਹੋਊਗਾ ਉਲਟ ਹੋਊਗਾ ਇਨਸਾਨ ਉਹ ਕਹੂਗਾ ਕਿ ਜੀ ਇਹ ਗੱਲਾਂ ਝੂਠ ਕਹਿ ਰਿਹਾ ਮੈਨੀਫੈਸਟੋ 'ਚ ਇਹਨਾਂ ਨੇ ਕੀ ਲਿਖਿਆ ਅਤੇ ਆਹ ਇਹਨੇ ਕੀ ਨਹੀਂ ਕੀਤਾ ਪਰ ਮੇਰੀ ਕੋਸ਼ਿਸ਼ ਹੋਊਗੀ ਕਿ ਜੋ ਮੈਨੀਫੈਸਟੋ ਵਿੱਚ ਅਸੀਂ ਵਾਅਦੇ ਕੀਤੇ ਕਿੰਨੇ ਵਾਅਦੇ ਕੀਤੇ ਸੀ ਕਿੰਨੇ ਪਰਸੈਂਟ ਅਸੀਂ ਉਸ 'ਤੇ ਪੂਰੇ ਉਤਰੇ ਹੈ ਉਹ ਲੈ ਕੇ ਲੋਕਾਂ ਵਿੱਚ ਜਾਵਾਂ ਔਰ ਜੇ ਮੇਰੇ 'ਚ ਸਮਰੱਥਾ ਹੋਊਗੀ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਗੱਲਾਂ ਨੂੰ ਸਮਝਾਉਣ ਦੀ ਤਾਂ ਲੋਕ ਮੇਰੀ ਗੱਲ ਸੁਣਨਗੇ ਜੇ ਮੇਰੇ ਵਿਰੋਧੀਆਂ ਵਿੱਚ ਸ਼ਕਤੀ ਹੋਈ ਉਸ ਗੱਲਾਂ ਨੂੰ ਭੜਕਾ ਕੇ ਕਹਿਣਾ ਕਿ ਇਹ ਤਾਂ ਸਭ ਝੂਠ ਬੋਲ ਰਿਹਾ ਤਾਂ ਉਹ ਸਫਲ ਹੋਣਗੇ ਤਾਂ ਮੁਕਤਸਰ ਜੀ ਗੱਲ ਹੈ ਜੀ ਜੋ ਮੈਨੀਫੈਸਟੋ ਵਿੱਚ ਵਾਅਦੇ ਹੋਏ ਆ 2017 ਵਿੱਚ ਉਹਨਾਂ ਨੂੰ ਲੈ ਕੇ ਹੀ 2022 ਵਿੱਚ ਜਾਇਆ ਜਾਊਗਾ ਕੋਈ ਇਹਦੇ ਲਈ ਕੋਈ ਨਵੀਂ ਸਕੀਮ ਜਾਂ ਨਵੀਂ ਸਟ੍ਰੈਟਜੀ ਨਹੀਂ ਹੋਊਗੀ ਜੀ ਜੀ ਸੰਸਾ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਗਏ ਹਾਂਜੀ ਤੁਸੀਂ ਓਨ ਏਅਰ ਹੋ ਜੀ ਸਰਦਾਰ ਅਮਰੀਕ ਸਿੰਘ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸੰਦੀਪ ਸਿੰਘ ਸੰਧੂ ਜੀ ਆਪਣੇ ਨਾਲ ਓਨ ਏਅਰ ਹੈ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਤੁਸੀਂ ਪਹਿਲਾਂ ਦੇ ਸਾਲ ਤੇ ਸਾਰੇ ਬੜੇ ਸੋਹਣੇ ਚੁੱਕੇ ਨੇ ਤੇ ਇਹ ਬਾਕੀ ਸੰਦੀਪ ਸਿੰਘ ਸੰਧੂ ਨੇ ਬੜੇ ਸੋਹਣੇ ਤਰੀਕੇ ਨਾਲ ਜਵਾਬ ਦਿੱਤੇ ਨੇ ਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਜਿਸ ਤਰ੍ਹਾਂ ਦੀ ਇਹਨਾਂ ਨੇ ਪਿਕਚਰ ਸ਼ੋਅ ਕੀਤੀ ਆ ਪੰਜਾਬ ਵਾਸਤੇ ਕਿ ਅਸੀਂ ਆਸ ਕਰਦੇ ਹਾਂ ਕਿ ਗੁਰੂ ਮਹਾਰਾਜ ਇਸ ਤਰੀਕੇ ਨਾਲ ਸੇਵਾ ਕਰਦੇ ਰਹਿਣ ਅਤੇ ਇਹ ਜਿਹੜਾ ਔਖਾ ਔਖਾ ਟਾਈਮ ਆ ਇਹ ਜਿਹੜਾ ਇਹ ਸੁੱਖ ਸੁੱਖਾਂ ਨਾਲ ਲੰਘ ਜਾਵੇ ਓਕੇ ਭਾਈ ਸਾਹਿਬ ਥੈਂਕ ਯੂ ਵੈਰੀ ਮੱਚ ਧੰਨਵਾਦ ਜੀ ਸਰਦਾਰ ਅਮਰੀਕ ਸਿੰਘ ਧੰਨਵਾਦ ਤੁਹਾਡਾ ਤੁਸੀਂ ਕਾਲ ਕੀਤਾ ਬਹੁਤ ਬਹੁਤ ਧੰਨਵਾਦ ਸਰਦਾਰ ਅਮਰੀਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਕਿਸੇ ਨੇ ਇਸ ਚੀਜ਼ ਨੂੰ ਐਂ ਸੋਚਿਆ ਔਰ ਇਸ ਤਰੀਕੇ ਦੇ ਸ਼ਬਦ ਵਰਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ 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 ਇਹ ਬੜੇ ਆਪਣੇ ਸਾਡੇ ਇੱਥੋਂ ਦੇ ਇੰਟਲੈਕਚੁਅਲ ਇਨਸਾਨ ਨੇ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹੋ ਜਿੱਥੇ ਸਾਨੂੰ ਕੁਰੈਕਸ਼ਨ ਦੀ ਲੋੜ ਹੈ ਉਹ ਵੀ ਕਰਦੇ ਰਹਿੰਦੇ ਹੈ ਸੰਧੂ ਸਾਹਿਬ ਆਪਣੇ ਕੋਲ ਮਿੰਟ 3-4 ਹੀ ਹੈ ਅਤੇ ਮੈਂ ਲਾਸਟ ਕੁਸ਼ਚਨ ਮੇਰੇ ਕੋਲ ਬੀਜੇਪੀ ਵਾਸਤੇ ਵੀ ਸੀਗਾ ਕੁਸ਼ਚਨ ਮੇਰੇ ਕੋਲ ਕਿਸਾਨ ਅੰਦੋਲਨ 'ਤੇ ਵੀ ਸੀਗਾ ਉਹ ਆਪਾਂ ਬਾਅਦ 'ਚ ਕਿਸ ਦਿਨ ਲਾਵਾਂਗੇ ਮੇਰਾ ਲਾਸਟ ਕੁਸ਼ਚਨ ਹੈਗਾ ਤੁਹਾਡੇ ਤੋਂ ਅਤੇ ਤੁਹਾਡੀ ਪਾਰਟੀ ਤੋਂ ਆਪਾਂ ਸਿੱਧੂ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਕਿ CM ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਇੱਕ ਸਿਟੀ ਨਾਲ ਬਿਲੋਂਗ ਕਰਦੇ ਇੱਕੋ ਹੀ ਸਿਟੀ ਨਾਲ ਲੰਚ ਡਿਨਰ ਅਤੇ ਸੱਦ ਕੇ ਪਰ ਉਹ ਗੱਲ ਨਹੀਂ ਬਣ ਸਕੀ ਚਲੋ ਉਹਨੂੰ ਛੱਡ ਕੇ ਆਪਾਂ ਚਾਹੀਏ ਜੀ ਹੁਣ ਜਿਹੜੀਆਂ ਦੂਸਰੀ ਹੋਰ ਬੰਦੇ ਆ ਰੰਧਾਵਾ ਸਾਹਿਬ ਚੰਨੀ ਸਾਹਿਬ ਮੈਂ ਹੋਰ ਕਈਆਂ ਦੇ ਨਾਮ ਲੈ ਸਕਦਾ ਹਾਂ ਜਿਹਨਾਂ ਨੂੰ ਕੋਈ ਅੰਡਰਸਟੈਂਡਿੰਗ ਜਾਂ ਮਿਸਅੰਡਰਸਟੈਂਡਿੰਗ ਹੋਈ ਆ ਉਸ ਬੇਸ 'ਤੇ ਰੱਖ ਕੇ ਤੁਸੀਂ ਕਦੋਂ ਤੱਕ ਦੇਖਦੇ ਹਾਂ ਕਿ ਰੀਯੂਨਾਈਟ ਅਸੀਂ ਛੇਤੀ ਹੋ ਜਾਵਾਂਗੇ ਅਤੇ ਦੂਸਰਾ ਮੇਰਾ ਲਾਸਟ ਕੁਐਸਚਨ ਇਹ ਹੈ ਕਿ 2022 ਨੂੰ ਲੈ ਕੇ ਤੁਹਾਡੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਆਪਣੇ ਕੋਲ ਮਿੰਟ 3 ਹੀ ਹੈ ਜੀ ਗੁਲਾਲ ਜੀ ਮੈਂ ਤਾਂ ਇੱਕ ਮਿੰਟ ਸੀ ਜਦੋਂ ਪੁਰਾਣੇ ਟਾਈਮ ਵਿੱਚ ਥੋੜ੍ਹਾ ਸਮਾਂ ਲਊਂਗਾ ਜਦੋਂ ਆ ਇੰਟਰਨੈਸ਼ਨਲ ਕਾਲਾਂ ਸ਼ੁਰੂ ਹੋਈਆਂ ਸੀ ਜਾਂ ਟੈਲੀਫੋਨ ਦੀ ਵਰਤੋਂ ਆਪਾਂ ਘਰ ਵਾਲੇ ਟੈਲੀਫੋਨ 'ਤੇ ਗੱਲਾਂ ਕਰਦੇ ਸੀ ਤਾਂ ਉਦੋਂ ਅਕਸਰ ਜਿਹੜੀ ਪਹਿਲੀ ਕਾਲ ਹੁੰਦੀ ਸੀ ਉਹ 3 ਮਿੰਟ ਦੀ ਹੁੰਦੀ ਸੀ ਉਸ ਤੋਂ ਬਾਅਦ ਉਹ ਐਕਸਟੈਂਡ ਕਰਦੇ ਹੁੰਦੇ ਸੀ ਅਤੇ ਮੇਰੇ ਖਿਆਲ ਨਾਲ 3 ਮਿੰਟ ਇੰਨੇ ਕੁ ਸਮਾਂ ਹੁੰਦਾ ਤੁਸੀਂ ਸਭ ਕੁਛ ਆਪਦਾ ਵਿਚਾਰ ਜਿਹੜੇ ਹੈਗੇ ਆ ਪੇਸ਼ ਕਰ ਸਕਦੇ ਹੋ ਜ਼ਿਆਦਾ ਸਮਾਂ ਦੀ ਲੋੜ ਨਹੀਂ ਹੁੰਦੀ ਸੋ ਦੇਖੋ ਪਰਿਵਾਰ ਦਾ ਹਿੱਸਾ ਹੈ ਕਾਂਗਰਸ ਪਾਰਟੀ ਇੱਕ ਬੜੀ ਵੱਡੀ ਪਾਰਟੀ ਆ ਉਸ ਹਿੱਸੇ ਦੇ ਵਿੱਚ ਸਾਰੇ ਹਿੱਸੇਦਾਰ ਹੈ ਰੰਧਾਵਾ ਸਾਹਿਬ ਚੰਨੀ ਸਾਹਿਬ ਸਾਰੇ ਕਈ ਵਾਰ ਜੋ ਗੱਲਾਂ ਅੰਦਰ ਹੁੰਦੀਆਂ ਜਦੋਂ ਉਹ ਮੀਡੀਆ 'ਚ ਪ੍ਰਗਟ ਹੁੰਦੀਆਂ ਉਹਦੇ ਵਿੱਚ ਬੜਾ ਫਰਕ ਹੁੰਦਾ ਔਰ ਮੈਂ ਵੀ ਇਹ ਮਹਿਸੂਸ ਕਰਦਾ ਕਿ ਅੱਜ ਦੀ ਸਥਿਤੀ ਵਿੱਚ ਇਹੋ ਜਿਹੀ ਕਿਸਮ ਦਾ ਫਰਕ ਹੈਗਾ ਇਹ ਜਿਹੜੇ ਮਸਲੇ ਹੈਗੇ ਆ ਪਾਰਟੀ ਬੜੀ ਜਲਦੀ ਇਸ ਨੂੰ ਸੁਲਝਾ ਲਵੇਗੀ ਕੋਈ ਕਿਸੇ ਦੀਆਂ ਨਾਰਾਜ਼ਗੀਆਂ ਹੈਗੀਆਂ ਜਾਂ ਕਿਸੇ ਨੇ ਕੋਈ ਟਿੱਪਣੀਆਂ ਕੀਤੀਆਂ ਕਿਸੇ ਨੂੰ ਲੈ ਕੇ ਉਸ 'ਤੇ ਵੀ ਸੰਜੀਦਗੀ ਨਾਲ ਦੇਖ ਕੇ ਉਸ 'ਤੇ ਅਸਰ ਵੀ ਕਰੇਗੀ ਔਰ ਕੰਮ ਵੀ ਕਰੇਗੀ 2022 ਦੇ ਲਈ ਪਾਰਟੀ ਦੀ ਜਿਹੜੀ ਸੋਚ ਹੈ ਜੋ ਮੈਂ ਜੋ ਬਾਜਵਾ ਸਾਹਿਬ ਨੇ ਸਵਾਲ ਪੁੱਛਿਆ ਸੀ ਉਸੇ ਸਵਾਲ ਦੇ ਵਿੱਚ ਹੀ ਉਸਦਾ ਜਵਾਬ ਸੀ ਕਿ ਸਾਡਾ ਜਿਹੜਾ ਮੈਨੀਫੈਸਟੋ ਹੈ ਸਾਡੇ ਜਿਹੜੇ ਵਾਅਦੇ ਆ 2017 ਦੇ ਉਹ ਵੀ ਸਾਡੇ 2022 ਦੇ ਵਿੱਚ ਲੋਕਾਂ ਦੇ ਅੱਗੇ ਲੈ ਕੇ ਜਾ ਕੇ ਉਹਨਾਂ ਦੇ ਜ਼ਰੀਏ ਅਸੀਂ ਆਪਦੀ ਇਲੈਕਸ਼ਨ ਲੜਨ ਦੀ ਜਿਹੜੀ ਅਸੀਂ ਤਿਆਰੀ ਹੈਗੀ ਆ ਉਹਦੇ ਵਿੱਚ ਜੁਟੇ ਹੋਏ ਹੈ ਜੀ ਉਸੇ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਜੀ 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 ਕੈਪਟਨ ਸੰਦੀਪ ਸਿੰਘ ਸੰਧੂ ਜੀ ਤੁਸੀਂ ਬਹੁਤ ਸੋਹਣਾ ਅਲੈਬਰੇਟ ਕੀਤਾ ਲਾਈਕ ਆਈ ਸੈਡ ਬਿਫੋਰ ਕਿ ਕਿਸਾਨ ਮੋਰਚੇ ਨੂੰ BJP ਵਾਲਿਆਂ ਨੂੰ ਅਕਾਲੀਆਂ ਨੂੰ ਲੈ ਕੇ ਬਹੁਤ ਕੁਐਸਚਨ ਸੀਗੇ ਆਪਾਂ ਕਿਸੇ 'ਤੇ ਵਿਅਕਤੀ ਵਿਸ਼ੇਸ਼ 'ਤੇ ਨਹੀਂ ਗੱਲ ਕਰਨੀ ਸੀ ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਔਰ ਜਿਹੜੀਆਂ ਹੋਰ ਚੀਜ਼ਾਂ ਕਵਰ ਕਰਨ ਵਾਲੀਆਂ ਰਹਿ ਗਈਆਂ ਕਿਸ ਦਿਨ ਫਿਰ ਤੁਹਾਨੂੰ ਤਕਲੀਫ ਦੇਵਾਂਗੇ ਅਸੀਂ
पर अज तुसी टाइम कढ़िया असी बहुत धन्नवादी हाँ ते आपका पूरा ख्याल रखना अरदास करते हैं महाराज मोहरे कि तुसी ते तुहाडा परिवार सदा चढ़दी कला च रहो बहुत बहुत धन्नवाद संधु साहब तुहाडा थैंक यू गुरलाल जी और जाते जाते मैं जिते थोड़ा जस पंजाबी का धन्यवाद करदा हां तुहाडे स्रोतियां का जिन्होंने सवाल भी किए और इस सैशन को सुनिया उन्हों का धन्यवाद पर थोड़े जरिए जिहड़ा साडा NRI परिवार है पंजाब का जी उन्होंने अगे जिते मैं एक पासे सारे नूं सति श्री अकाल कहना नाल नाल बेनती करदा कि इस तरीके नाल पंजाब नाल जुड़े रहो इस तरीके नाल पंजाब ते माण रखियो जिवें तुसी अज तक रखते रहे हैगे हो बहुत बहुत धन्यवाद जी धन्यवाद संधु साहब बहुत दर्शकों सन कैप्टन संदीप सिंह संधु साढ़े नाल जुड़े हुए से इंडिया तो बहुत सोहना हरेक चीज़ की क्लैरिफिकेशन दी किंतु परंतु का टाइम नहीं है इस टाइम उंगलों चकन का क्योंकि असी बड़े औखे टाइम विच दी निकल रहे हैं इस टाइम एक दूजे की बांह फड़न की जरूरत है आपां दर्शकों अगले हफ्ते फिर किसी नवे मेहमान और मैं तुहानूं दसदा कि डॉक्टर यशपाल सिंह बाजवा स्पैशल प्रोग्राम लैके साडे स्टूडियो च मेरे नाल होणगे तिने दिन अगले हफ्ते तो स्पैशल प्रोग्राम करनगे अड अड विषयों तो ते उदों तक मैनू गुरलाल नूं दिओ इजाजत आपका पूरा ख्याल रखना मैनू ते मेरे टीम नूं दिओ इजाजत ते मेरे वल्लों प्यार भरी सति श्री अकाल नमस्कार आदाब ते शब्बा खैर